ਹਨ ਟ੍ਰੇਲਰ ਤੋਂ ਹੀ ਇੱਕ ਮਿਥ ਬਣਾ ਲਈ ਗਈ ਹੈ ਕਿ ਲੈ ਦੁਬਾਰਾ ਉਹੀ ਬੰਦੂਕਾਂ ਦੁਬਾਰਾ ਉਹੀ ਮਾਰਕੁੱਟ ਲੇਕਿਨ ਦੇਵ ਤੁਸੀਂ ਫਿਰ ਵੀ ਉਸ ਲੀਕ ਤੋਂ ਹਟ ਨਹੀਂ ਰਹੇ ਸਾਡੀਆਂ ਫਿਲਮਾਂ ਦੇ ਵਿੱਚ ਅਸੀਂ ਸਾਉਦੀ ਦਾ ਸਿਨੇਮਾ ਤਾਂ ਦੇਖਦੇ ਆਂ ਐਕਸ਼ਨ ਦੀ ਉਹਦੀ ਬੱਲੇ ਬੱਲੇ ਕਰਦੇ ਆਂ ਕਿ ਸਾਉਦੀ ਐਕਸ਼ਨ ਦੀ ਫਿਲਮ ਆਈ ਐ ਐਕਸ਼ਨ ਦੇਖਣ ਵਾਲਾ ਬਾਹੂਬਲੀ ਦਾ ਐਕਸ਼ਨ ਦੇਖੋ ਕਮਾਲ ਹੈ ਜਦੋਂ ਸਾਡੀ ਫਿਲਮ ਆਉਂਦੀ ਹੈ ਉਦੋਂ ਫਿਰ ਉਹਦੇ ਉੱਤੇ ਕਿਤੇ ਨਾ ਕਿਤੇ ਕਿੰਤੂ ਪਰੰਤੂ ਹੋਣਾ ਸ਼ੁਰੂ ਹੋਇਆ ਤੇ ਵੀ ਲੱਗਦਾ ਕਿ ਤੁਸੀਂ ਖੁਦ ਵੀ ਇਹੀ ਇੱਕ ਚੀਜ਼ਾਂ ਦੇ ਐਡਿਕਟਡ ਹੋ ਤਾਂ ਹੀ ਤੁਸੀਂ ਫਿਲਮਾਂ ਇਦਾਂ ਦੀਆਂ ਕਰਦੇ ਕਿ ਤੁਸੀਂ ਇਦਾਂ ਦੀ ਆਡੀਅੰਸ ਇਦਾਂ ਦੇ ਸਮਾਜਿਕ ਤੌਰ ਤੇ ਵੀ ਚੀਜ਼ਾਂ ਨੂੰ ਫੇਸ ਕੀਤੇ ਕਈ ਲੋਕ ਲਿਖਦੇ ਆ ਇਹਨੇ ਤਾਂ ਯੂਥ ਨੂੰ ਬੀੜੀਆਂ ਪੀਣ ਲਾਤਾ ਜਦੋਂ ਕਿ ਬੀੜੀਆਂ ਪੀਣ ਤੋਂ ਹਟਾਇਆ ਹਟਾਇਆ ਬਹੁਤ سارے ਲੋਕ ਇਦਾਂ ਦੇ ਮਿਲੇ ਜਿਨ੍ਹਾਂ ਨੇ ਕਹਿੰਦੇ ਮੇਰੇ ਕੋਲ ਅੱਜ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਕਮੈਂਟ ਹੁਣ ਵੀ ਪਿਆ ਹੋਊਗਾ ਉਹ ਕਹਿੰਦਾ ਬਾਈ ਤੇਰੀ ਡਾਕੂਆਂ ਦਾ ਮੁੰਡਾ ਦੇਖ ਕੇ ਮੈਂ ਨਸ਼ਾ ਕੁਇਟ ਕਰ ਗਿਆ ਹਾਂਜੀ ਮੇਰੇ ਚ ਹੌਸਲਾ ਹਿੰਮਤ ਆਈ ਤਾਂ ਮੈਂ ਛੱਡ ਗਿਆ ਤੁਸੀਂ ਇਹ ਦੇਖੋ ਵੀ ਕੱਲ ਤੱਕ ਸਿੱਧੂ ਦੀ ਫੇਵਰ ਚ ਕੋਈ ਵੀ ਨਹੀਂ ਸੀਗਾ ਅੱਜ ਉਹ YouTube ਦਾ ਨੰਬਰ 1 ਪੰਜਾਬੀ ਤੇ ਇੰਡੀਅਨ ਆਰਟਿਸਟ ਬਣ ਚੁੱਕਿਆ ਜਿਹਦੇ 20 ਮਿਲੀਅਨ ਸਬਸਕ੍ਰਾਈਬਰਸ ਨੇ ਮਤਲਬ ਸਾਡੇ ਨੇਸ਼ਨ ਨੂੰ ਰਿਪਰੈਜ਼ੈਂਟ ਕਰਨ ਵਾਲੇ ਪਬਲਿਕ ਫਿਗਰ ਜਿਹੜੇ ਨੇ ਪੋਲੀਟੀਸ਼ੀਅਨਸ ਜਾਂ ਕੋਈ ਵੀ ਲਗਾ ਲੋ ਉਹਨਾਂ ਦੇ ਵੀ ਇੰਨੇ ਸਬਸਕ੍ਰਾਈਬਰਸ ਨਹੀਂ ਹੈ ਸਿੱਧੂ ਮੂਸੇਵਾਲੇ ਦੀ ਮਜ਼ਾਰ ਤੇ ਗਏ ਨੇ ਕਿੰਨੇ ਲੱਖਾਂ ਕਰੋੜਾਂ ਲੋਕ ਗਏ ਨੇ ਫਿਰ ਉਹ ਲੋਕ ਕੌਣ ਸੀ ਜਿਹੜੇ ਉਹਦੇ ਜਿਉਂਦੇ ਜਿਉਂ ਨੂੰ ਗਾਲ੍ਹਾਂ ਕੱਢ ਰਹੇ ਸੀ ਬਿਲਕੁਲ ਉਹ ਲੋਕ ਕਿੱਧਰ ਗਏ ਇਹਦਾ ਮਤਲਬ ਮਰਨ ਤੋਂ ਬਾਅਦ ਬੰਦੇ ਦੀ ਵੈਲਿਊ ਕੋਈ ਨਹੀਂ ਤੁਸੀਂ ਕਿ ਉਹ ਬੰਦੇ ਪੰਜਾਬੀ ਮਾਂ ਬੋਲੀ ਦੇ ਰਾ ਰਾਕੇ ਬਣ ਗਏ ਜਿਨ੍ਹਾਂ ਦੀ ਖੁੱਦੀ ਔਲਾਦ ਦਾ ਨਾਮ ਸਟੀਵ ਹੈ ਜਾਂ ਜੌਨ ਹੈ ਹਨ ਜਦੋਂ ਮੇਰੀਆਂ ਵੀ ਐਕਸ਼ਨ ਫਿਲਮਾਂ ਆਈਆਂ ਸੀ ਮੈਨੂੰ ਵੀ ਇਹ ਕਹਿੰਦੇ ਮਾਰਤਾੜ ਵਾਲੀਆਂ ਫਿਲਮਾਂ ਯੂਥ ਨੂੰ ਵਿਗਾੜਦਾ ਹੈ ਇਹਦੀਆਂ ਫਿਲਮਾਂ 'ਚ ਨਸ਼ੇ ਹੁੰਦੇ ਨੇ ਇਹ ਨਹੀਂ ਦੇਖਿਆ ਕਿ ਬਈ ਨਸ਼ੇ ਦੇ ਜ਼ਰੀਏ ਕਿ ਡਿਗਡੇ ਮੈਸੇਜ ਦਿੱਤੇ ਨੇ ਉਹਨਾਂ ਲੋਕਾਂ ਦੀਆਂ ਫਿਲਮਾਂ ਦਿਖਾ ਕੇ ਹਨਾ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ ਨਾ ਸੋ ਆਲਵੇਜ਼ ਉਹ ਵੀ ਜਦੋਂ ਕਲਾਕਾਰ ਨਹੀਂ ਸੀ ਬਣੇ ਕਿਉਂਕਿ ਉਹਨਾਂ ਨੇ ਫਿਲਮ ਦੀ ਕਹਾਣੀ ਲਿਖੀ ਹੈ ਉਹ ਵੀ ਆਪਣੀ ਗੱਲ ਨੂੰ ਪੰਜਾਬ ਦੇ ਮੁੱਦਿਆਂ ਨੂੰ ਟੱਚ ਕਰਦੇ ਨੇ ਜੋ ਸੱਚ ਹੈ ਉਹਨੂੰ ਕਲਮ ਦੇ ਜ਼ਰੀਏ ਨਿਕ ਲਿਖਣ ਦੀ ਗੱਲ ਕਰਦੇ ਨੇ ਦੇਖ ਤੁਹਾਨੂੰ ਨਹੀਂ ਲੱਗਦਾ ਨੁਕਸਾਨ ਜ਼ਿਆਦਾ ਹੁੰਦਾ ਇੱਕ ਟਾਈਮ ਤੇ ਆ ਕੇ ਤੇ ਫਾਇਦਾ ਘੱਟ ਹੁੰਦਾ ਅਸੀਂ ਆਪਣਾ ਪੋਸਟਰ ਵੀ ਸ਼ੇਅਰ ਕਰੀਏ ਫਰਜ਼ ਕਰੋ ਪ੍ਰੋਡਿਊਸਰ ਨੇ ਕਹਦਾ ਮੈਂ ਫਿਲਮ ਰਿਲੀਜ਼ ਕਰਨੀ ਹੈ ਪੋਸਟਰ ਸ਼ੇਅਰ ਕਰਦੇ ਤੁਸੀਂ ਸਾਲਿਓ ਪੋਸਟਰੀ ਸ਼ੇਅਰ ਕਰੋ ਫਲਾਣੇ ਮੁੱਦੇ ਤੇ ਤੁਸੀਂ ਬੋਲਦੇ ਹੀ ਆ ਕਰਦੇ ਪਰ ਤੋਂ ਗੱਲ ਤੁਹਾਡੇ ਚ ਹਿੰਮਤ ਨਹੀਂ ਆ ਸਾਲਿਓ ਨਚਾਰੋ ਕੰਜਰੋ ਇਹੋ ਜਿਹੇ ਕਮੈਂਟ ਇਹੋ ਜਿਹੇ ਗੱਲਾਂ ਸੁਣਨ ਨੂੰ ਮਿਲਦੀਆਂ ਤੁਹਾਡਾ ਕਿਹੋ ਜਿਹਾ ਐਕਸਪੀਰੀਐਂਸ ਇਸ ਸੈੱਟ ਤੇ ਕਿਸ ਤਰ੍ਹਾਂ ਇੰਪਰੋਵਾਈਜ਼ੇਸ਼ਨਜ਼ ਹੁੰਦੀਆਂ ਸੀ ਅਸੀਂ ਕਈ ਸੀਨ ਦੇ ਵੀ ਸਾਡੇ ਇਕੱਠੇ ਹੋਏ ਸੀ ਇੰਪਰੋਵਾਈਜ਼ੇਸ਼ਨ ਕੀਤੀ ਆ ਉੱਥੇ ਮੈਂ ਪੁੱਛਦਾ ਬਾਈ ਤੂੰ ਵੀ ਯਾਰ ਤੂੰ ਇਹ ਖੜਕੇ ਦੜਕੇ ਤੇ ਮੇਰੇ ਵਰਗੇ ਇੱਕ ਗੈਂਸਟਰ ਵਾਲੀ ਤੇ ਕੰਮ ਕਿਉਂ ਕਰਨਾ ਚਾਹਣਾ ਤਾਂ ਉਹਦਾ ਜਵਾਬ ਸੀ ਕਿ ਕਹਿੰਦਾ ਮੈਂ ਨਹੀਂ ਕਰਨਾ ਚਾਹੁੰਦਾ ਮੈਂ ਲਿਖਣਾ ਵਧੇ ਹੀ ਚਾਹੁੰਦਾ ਮੈਂ ਸਮਾਜ ਦੇ ਮੁੱ ਸਾਡੇ ਜਿਹੜੇ ਗੁਰੂ ਸੈਮੂਲ ਭਾਜੀ ਉਹਨਾਂ ਨਾਲ ਮੈਂ ਸਟਰੀਟ ਪਲੇ ਬਹੁਤ ਕੀਤਾ ਹੈਗਾ ਸਿਆ ਹੋਇਆ ਆਦਮੀ ਸੀ ਇੱਕ ਸਟਰੀਟ ਪਲੇ ਕਰਦੇ ਸੀਗੇ ਤਾਂ ਅਸੀਂ ਸਟਰੀਟ ਪਲੇ ਕਰਨ ਤੋਂ ਬਾਅਦ ਚਾਦਰ ਫੜਨੀ 10-10 ਰੁਪਏ ਲੋਕਾਂ ਤੋਂ ਮੰਗਣੇ ਕਿ ਸਾਡੀ ਮਿਹਨਤ ਦਾ ਜਿਹੜਾ ਮੁੱਲ ਹੈਗਾ ਸਾਨੂੰ ਦੋ ਕਿਉਂਕਿ ਅਸੀਂ ਵੀ ਥੀਏਟਰ ਕਰਨਾ ਅੱਗੇ ਵਧਣਾ ਤਾਂ ਅਸੀਂ ਉੱਥੇ ਤੱਕ ਜਾ ਕੇ ਕੰਮ ਕਰਕੇ ਆਏ ਫਿਰ ਜਾ ਕੇ ਸੀਰੀਅਲਸ ਕੀਤੇ ਫਿਰ ਉਹ ਚੀਜ਼ਾਂ ਕੀਤੀਆਂ ਫਿਰ ਇਹ ਵੀ ਨਹੀਂ ਪਤਾ ਸੀ ਕਿ ਇਸ ਮੁਕਾਮ ਤੱਕ ਜਾਂ ਐਦਾਂ ਸਾਡੇ ਬੈਨਰ ਲੱਗਣਗੇ ਪੋਸਟਰ ਲੱਗਣਗੇ ਇਹ ਮੈਂ ਕਿਤੇ ਕਹਦਾ ਮੈਂ ਕਦੇ ਸੋਚਿਆ ਹੋਵੇ ਸੋ ਮੈਂ ਨਹੀਂ ਸੀ ਸੋਚਿਆ ਰੁਤਬਾ ਰਤਬਾ ਬਣਾਉਣਾ ਪੈਂਦਾ ਹੈ ਕਮਾਉਣਾ ਪੈਂਦਾ ਹੈ ਔਰ ਕਿਸੇ ਵੀ ਇਨਸਾਨ ਦਾ ਰਤਬਾ ਸਮਾਜਿਕ ਤੌਰ ਤੇ ਬਹੁਤ ਗੂੜਾ ਪ੍ਰਭਾਵ ਵੀ ਪਾਉਂਦਾ ਹੈ ਔਰ ਉਸ ਦੀ ਪਰਸਨੈਲਿਟੀ ਨੂੰ ਡਿਫਾਈਨ ਵੀ ਕਰਦਾ ਹੈ ਤੇ ਜਿਨ੍ਹਾਂ ਨੇ ਫੋਕਸਡ ਹੋ ਕੇ ਕੜੀ ਮਿਹਨਤ ਦੇ ਨਾਲ ਇੱਕ ਕਾਮਯਾਬੀ ਤੇ ਇੱਕ ਰੁਤਬਾ ਹਾਸਿਲ ਕੀਤਾ ਹੈ ਅੱਜ ਉਹੀ ਸਾਡੇ ਨਾਲ ਨੇ ਸਾਡੇ ਨਾਲ ਨੇ ਰੁਤਬਾ ਦੀ ਕਾਸਟ ਪ੍ਰਿੰਸ ਐਂਡ ਦੇਵ ਦੋਨੋਂ ਦਾ ਹੀ ਬਹੁਤ ਬਹੁਤ ਸਵਾਗਤ ਹੈ ਸਸ਼ਟ੍ਰਿਕਾ ਸਸ਼ਟ੍ਰਿਕਾ ਤੇ ਰੁਤਬਾ ਲਈ ਪਹਿਲੇ ਤੋਂ ਮੁਬਾਰਕਾਂ ਤੁਹਾਨੂੰ ਦੋਨਾਂ ਨੂੰ ਤੇ ਦੇਵ ਤੁਹਾਡੇ ਕੋਲੋਂ ਮੈਂ ਜ਼ਰੂਰ ਜਾਨਣਾ ਚਾਹਾਂਗੀ ਰੁਤਬਾ ਵਾਟ ਇਜ਼ ਫੋਰ ਯੂ ਯਾਰਾਂ ਦਾ ਰੁਤਬਾ ਵੀ ਲੇਕਿਨ ਐਕਚੁਅਲੀ ਰੁਤਬਾ ਜੋ ਤੁਸੀਂ ਅੱਜ ਹਾਸਿਲ ਕਰ ਚੁੱਕੇ ਹੋ ਔਰ ਤੁਹਾਨੂੰ ਮਿਲਿਆ ਹੈ ਉਹ ਰੁਤਬਾ ਤੁਹਾਡੇ ਲਈ ਕੀ ਮਾਇਨੇ ਰੱਖਦਾ ਹੈ ਔਰ ਕੀ ਡੈਫੀਨੇਸ਼ਨ ਰੱਖਦਾ ਹੈ ਰੁਤਬਾ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਸੈਲਫ ਰਿਸਪੈਕਟ ਵੀ ਜੁੜੀ ਹੁੰਦੀ ਹੈ ਨਾਲ ਰਤੁਬਾ ਤਾਂ ਹੀ ਬਣਦਾ ਤੁਹਾਡਾ ਨਾ ਬਲਕਿ ਇਹਦੇ ਵਿੱਚ ਟਾਈਟਲ ਹੈਗਾ ਯਾਰਾਂ ਦਾ ਰਤੁਬਾ ਤਾਂ ਇੱਕ ਰਤੁਬਾ ਹੁੰਦਾ ਜਿਹੜੇ ਤੁਹਾਡੇ ਯਾਰਾਂ ਦੋਸਤਾਂ ਦੇ ਨਾਲ ਤੁਹਾਡਾ ਰਤੁਬਾ ਬਣਦਾ ਹੈ ਫਿਲਮ ਉਹਦੀ ਉਹ ਡਿਫਾਈਨ ਕਰਦੀ ਹੈ ਉਸ ਗੱਲ ਨੂੰ ਬਾਕੀ ਮੈਨੂੰ ਲੱਗਦਾ ਕਿ ਜੋ ਮਿਹਨਤ ਦੇ ਨਾਲ ਤੁਸੀਂ ਰਤੁਬਾ ਹਾਸਲ ਕਰਦੇ ਹੋ ਉਹਦਾ ਨਜ਼ਾਰਾ ਕੁਝ ਵੱਖਰਾ ਹੁੰਦਾ ਜੀ ਅ ਬਲਕਿ ਸਾਨੂੰ ਲੱਗਦਾ ਕਿ ਅਸੀਂ ਫਿਲਮ ਦੇ ਜ਼ਰੀਏ ਵੀ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਤੁਹਾਡਾ ਰਤੁਬਾ ਤੁਹਾਡੀ ਸੈਲਫ ਰਿਸਪੈਕਟ ਹੈ ਉਹ ਨਹੀਂ ਜਾਣੀ ਚਾਹੀਦੀ ਉਹ ਬਰਕਰਾਰ ਰਹਿਣਾ ਚਾਹੀਦਾ ਹੈ ਉਹੀ ਫਿਲਮ ਦੱਸ ਦਿਓ ਕਿਸੇ ਵੀ ਕੀਮਤ ਤੇ ਬਰਕਰਾਰ ਰਹਿਣਾ ਚਾਹੀਦਾ ਔਰ ਜੇ ਕੋਈ ਕੁਝ ਲੋਕ ਤੁਹਾਡੇ ਉਸ ਰੁਤਬੇ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹਦੇ ਨਾਲ ਖਿਲਵਾੜ ਕਰਨ ਦੀ ਅਸੀਂ ਕਹਿ ਲਈਏ ਕਿ ਤੁਹਾਨੂੰ ਹਨਾ ਅ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਕੀ ਜਵਾਬ ਦਿੰਦੇ ਨੇ ਜਿਹੜੀ ਸਾਡੀ ਫਿਲਮ ਦੇ ਨਾਇਕ ਨੇ ਸੋ ਇਹ ਜਿਹੜੀ ਸਾਡੀ ਫਿਲਮ ਹੈ ਇਸ ਗੱਲ ਨੂੰ ਲੋਕਾਂ ਅੱਗੇ ਲੈ ਕੇ ਆਈ ਹੈ ਜੀ ਸੋ ਆਪਣੀ ਪਹਿਲਾ ਵੀ ਗੱਲ ਹੋਈ ਸੀ ਤੁਸੀਂ ਕਿ ਵੀ ਦਾਦਾ ਜੀ ਦੇ ਰੁਤਬੇ ਤੋਂ ਤੁਸੀਂ ਬੜਾ ਇਨਸਪਾਇਰਡ ਸੀਗੇ ਹੈਨਾ ਅ ਪ੍ਰਿੰਸ ਦੀ ਕੰਸਿਸਟੈਂਸੀ ਬਹੁਤ ਔਖੀ ਹੈ ਹਾਸਲ ਤਾਂ ਤੁਸੀਂ ਕਰ ਲੈਨੇ ਹੋ ਅੱਜ ਜਿਸ ਮੁਕਾਮ ਤੇ ਤੁਸੀਂ ਹੋ ਉਸ ਮੁਕਾਮ ਤੇ ਅੱਛਾ ਔਰ ਬੁਰਾ ਦੋਨੋ ਦੇਖਣ ਨੂੰ ਮਿਲਦਾ ਹੋਏਗਾ ਰੁਤਬੇ ਨੂੰ ਫੜ ਕੇ ਰੱਖਣਾ ਔਰ ਉਸ ਤੋਂ ਬਾਅਦ ਕੰਮ ਕਰਨਾ ਕਿਉਂਕਿ ਸਾਡੀ ਇੰਡਸਟਰੀ ਦੇ ਵਿੱਚ ਬੜਾ ਕੁਝ ਹੈ ਅਸੀਂ ਜਾਣਦੇ ਹੀ ਹਾਂ ਕਿੰਨਾ ਔਖਾ ਹੈ ਦੇਖੋ ਬਹੁਤ ਔਖਾ ਕੋਸ਼ਿਸ਼ ਚੱਲ ਰਹੀ ਹੈ ਵੀ ਉੱਥੇ ਕਿ ਰਹੀਏ ਉਹ ਦੂ ਚੰਗੇ ਕੰਮ ਕਰਦੇ ਰਹੀਏ ਜੋ ਅੱਗੇ ਸੋਚਿਆ ਉਸ ਗੱਲ ਬੰਨੀ ਤੁਰਦੇ ਰਹੀਏ ਕੋਸ਼ਿਸ਼ ਹੈ ਵੀ ਟਕਾ ਕੇ ਨਹੀਂ ਕਹਿ ਸਕਦੇ ਜੇ ਕਿਸੇ ਨੇ ਧਾਰ ਹੀ ਲਈ ਵੀ ਇਹਦਾ ਐ ਕਰਨਾ ਤੇ ਫਿਰ ਤੁਸੀਂ ਉੱਥੇ ਥੋੜੇ ਕਿਤੇ ਨਾ ਕਿਤੇ ਡੋਲ ਜਾਂਦੇ ਆ ਪਰ ਫਿਰ ਵੀ ਵਾਇਗੁਰੂ ਦਾ ਨਾਮ ਲੈ ਕੇ ਲੱਗੇ ਹੋਏ ਆ ਜੀ ਹੂੰ ਸੋ ਦੇਵ ਜੀ ਤੁਸੀਂ ਇੱਕ ਇੰਟਰਵਿਊ ਚ ਕਿਹਾ ਸੀ ਰੇ ਵੇਖਿਆ ਵੀ ਜਾਂਦਾ ਕਿ ਸਾਡੇ ਲੋਕੀ ਨਾ ਕੁਝ ਹੱਦ ਤੱਕ ਖਾਨਾ ਪੂਰਤੀ ਬਹੁਤ ਕਰਦੇ ਨੇ ਵੀ ਛੋਟਾ ਕਾ ਕਿਰਦਾਰ ਹੈ ਇਹਨਾਂ ਕਿਸੇ ਤੋਂ ਵੀ ਕਰਵਾ ਲਓ ਜਾਂ ਕੀ ਪੈਸੇ ਦੇਣੇ ਆ ਛੱਡੋ ਹਾਂ ਸੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹਾ ਬੜਾ ਇਫੈਕਟ ਪਾਉਂਦੀਆਂ ਨੇ ਕਿਉਂਕਿ ਤੁਸੀਂ ਦੋਨਾਂ ਨੇ ਵੀ ਛੋਟੇ-ਛੋਟੇ ਤੋਂ ਸ਼ੁਰੂ ਕਰਕੇ ਅੱਜ ਇੱਕ ਵੱਡਾ ਮੁਕਾਮ ਵੀ ਹਾਸਿਲ ਕੀਤਾ ਤੇ ਸਿਨੇਮੇ ਨੂੰ ਇੱਕ ਵੱਖਰਾ ਰੰਗ ਵੀ ਦਿੱਤਾ ਐਕਸ਼ਨ ਦੇ ਲਈ ਤੁਹਾਡਾ ਨਾਮ ਆਉਂਦਾ ਔਰ ਵਕ-ਵਕ ਦਮਦਾਰ ਕਿਰਦਾਰਾਂ ਦੇ ਲਈ ਤੁਹਾਡਾ ਨਾਮ ਆਉਂਦਾ ਸੋ ਤੁਸੀਂ ਕੀ ਸਮਝਦੇ ਹੋ ਮੈਂ ਸਮਝਦਾ ਕਿ ਜਿਹੜੇ ਛੋਟੇ-ਛੋਟੇ ਕਿਰਦਾਰ ਅਸੀਂ ਵੀ ਕਰਕੇ ਆਏ ਹਾਂ ਬਟ ਅਸੀਂ ਟ੍ਰੇਨਡ ਹੋ ਕੇ ਆਏ ਸੀਗੇ ਅਸੀਂ ਥੀਏ ਔਰ ਮੇਰਾ ਕੋਈ ਐਦਾ ਨਹੀਂ ਸੀਗਾ ਕਿ ਮੇਰਾ ਕੋਈ ਸਾਈਡ ਬਿਜ਼ਨਸ ਚੱਲਦਾ ਸੀਗਾ। ਜੀ। ਮੈਨੂੰ ਲੱਗਦਾ ਸੀ ਛੋਟੇ ਹੁੰਦੇ ਕਿ ਮੈਂ ਐਕਟਰ ਦੇ ਤੌਰ ਤੇ ਹੀ ਜਾਣਾ ਮੈਂ ਐਕਟਰ ਹੀ ਬਣਨਾ। ਤੇ ਉਹੀ ਜਿਹੜੀ ਚੀਜ਼ ਸੀ ਖਿੱਚ ਸੀ ਇੱਥੇ ਤੱਕ ਲੈ ਆਈ ਉਹਨੇ ਮੈਨੂੰ ਸਿੱਖਣ ਲਈ ਪ੍ਰੇਰਿਤ ਕੀਤਾ। ਕਿ ਮੈਂ ਯਾਰ ਜਿਹੜੀ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਉਹਦਾ ਮੈਂ ਗਿਆਨ ਵੀ ਹਾਸਲ ਕਰਾਂ। ਉਹ ਚੀਜ਼ ਨੂੰ ਸਿੱਖਾਂ ਵੀ ਜੇ ਮੈਂ ਸਿੰਗਰ ਬਣਨਾ ਹੁੰਦਾ ਤਾਂ ਸ਼ਾਇਦ ਮੈਂ ਰਿਆਜ਼ ਕਰਦਾ। ਮੈਂ ਗੁਰੂ ਧਾਰ ਦਾ। ਹਨਾ ਹਾਰਮੋਨੀਅਮ ਸਿੱਖਦਾ। ਸੋ ਮੈਂ ਇਹ ਗੱਲ ਪਹਿਲਾਂ ਵੀ ਬੋਲੀ ਸੀ। ਬਟ ਉਹਦਾ ਬਹੁਤ ਸਾਰੇ ਜਿਹੜੀ ਲੋਕ ਸੀ ਉਹਨਾਂ ਨੇ ਬੜਾ ਇਤਰਾਜ਼ ਜ ਅਮਰੀਕਨ ਦਾ ਮਤਲਬ ਸੀਗਾ ਕਿਉਂਕਿ ਮੇਰਾ ਐਕਸਪੀਰੀਅੰਸ ਹੋ ਚੁੱਕਾ ਹੈ ਇਹਨਾਂ ਚੀਜ਼ਾਂ ਨਾਲ ਜੀ ਮੇਰੇ ਅੱਗੇ ਕਈ ਫਿਲਮਾਂ ਦੇ ਵਿੱਚ ਕੋਈ ਵਿਚਾਰਾ ਜਿਹੜਾ ਸਾਡੇ ਉੱਥੇ ਯੂਨਿਟ ਦੇ ਨਾਲ ਡਰਾਈਵਰ ਹੁੰਦਾ ਉਹਨੂੰ ਲਿਆ ਕੇ ਅੱਗੇ ਖੜਾ ਕਰਤਾ ਚਲੋ ਇਹ ਡਾਇਲੋਗ ਉਹ ਡਾਇਲੋਗ ਨਹੀਂ ਬੋਲੇ ਜਾਂਦੀ ਸੀ ਉਹਨਾਂ ਬੈਰੀ ਰਾਈਟ ਹਨਾ ਉਹ ਜਿੱਦਾਂ ਦੀ ਚੀਜ਼ ਸਾਨੂੰ ਚਾਹੀਦੀ ਸੀ ਉਹ ਚੀਜ਼ ਨਹੀਂ ਸੀ ਆਉਂਦੀ ਜੀ ਜੀ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਸਾਹਮਣੇ ਖੜਾ ਐਕਟਰ ਹੈਗਾ ਉਹ ਵੀ ਸਫਰ ਕਰਦਾ ਉਹਦੀ ਜਿਹੜੀ ਪਰਫਾਰਮੈਂਸ ਆ ਉਹ ਵੀ ਕਿਤੇ ਨਾ ਕਿਤੇ ਹਨਾ ਥੱਲੇ ਚਲੀ ਜਾਂਦੀ ਹੈ ਬੜੀ ਵਾਸਿਬ ਗੱਲ ਹਾਂ ਇਹ ਔਰ ਸਾਡੇ ਤਾਂ ਇਹ ਚਾਹੀ ਦੋਵੇਂ ਇੱਕ ਦੂਜੇ ਨੂੰ ਸਪੋਰਟ ਕਰਨ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਯਾਰ ਤੁਸੀਂ ਕਿਸੇ ਵਿਚਾਰੇ ਨੂੰ ਕੋਈ ਜਨਰੇਟਰ ਵਾਲਾ ਹੈਗਾ ਉਹਦੀ ਉਹਨੇ ਜਨਰੇਟਰ ਚਲਾਉਣਾ ਉਹਨੂੰ ਲਿਆ ਕੇ ਤੁਸੀਂ ਕਹੋ ਯਾਰ ਇਹ ਤੋਂ ਕਰਾ ਲਓ ਇਹ ਬੋਲੂਗਾ ਡਾਇਲੋਗ ਉਹ ਨਹੀਂ ਬੋਲੋ ਕੌਂਸ਼ੀਅਸ ਹੁੰਦਾ ਕੈਮਰੇ ਦੇ ਅੱਗੇ ਖੜ ਕੇ ਉਹ ਕੰਬ ਜਾਂਦਾ ਇੰਨੇ ਲੋਕਾਂ ਚ ਨਹੀਂ ਉਹ ਚੀਜ਼ਾਂ ਨੂੰ ਕਰ ਪਾਉਂਦਾ ਸੋ ਇਹ ਚੀਜ਼ ਨੂੰ ਮੈਂ ਅੱਜ ਵੀ ਕਹਿਣਾ ਕਿ ਜਿਸ ਦੀ ਜੌਬ ਆ ਉਹਨੂੰ ਕੰਮ ਦੋ ਬਿਲਕੁਲ ਕਿਉਂਕਿ ਜਿਹੜੇ ਐਕਟਰ ਇੰਨੇ ਸਟਰਗਲ ਕਰਦੇ ਨੇ ਫਾਕੇ ਵਿਚਾਰੇ ਝੱਲਦੇ ਆ ਫਾਕੇ ਕੱਟਦੇ ਆ ਔਰ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਰੋਜੀ ਰੋਟੀ ਆ ਸੀ ਇੱਕੋ ਚੀਜ਼ ਲਈ ਹਣਾ ਇਹ ਮਿਹਨਤ ਕਰ ਰਹੇ ਹੈ ਕੈਮਰੇ ਦੇ ਅੱਗੇ ਆਉਣ ਲਈ ਇਸ ਫੀਲਡ ਦੇ ਜਾਣ ਲਈ ਉਹਨਾਂ ਨੂੰ ਕੰਮ ਦੋ ਯਾਰ ਮੈਂ ਮੇਰਾ ਇਹ ਕਹਿਣਾ ਨਹੀਂ ਬਿਲਕੁਲ ਸਹੀ ਗੱਲ ਹੈ ਮੈਨੂੰ ਲੱਗਦਾ ਐਕਟਿੰਗ ਇਜ਼ 올 अबाउट गिव एंड टेक ਔਰ ਐਕਸ਼ਨ ਬਿਲਕੁਲ ਬਿਲਕੁਲ ਔਰ ਜੇ ਤੁਹਾਡੇ ਸਾਹਮਣੇ ਕੋਈ ਮਾੜਾ ਐਕਟਰ ਖੜਾ ਹੋ ਪਰਫਾਰਮ ਨਹੀਂ ਕਰ ਰਿਹਾ ਤੁਹਾਡੀ ਪਰਫਾਰਮੈਂਸ ਵੀ ਲੈ ਕੇ ਡੁੱਬੂਗਾ ਉਹ ਤੁਸੀਂ ਵੀ ਅਸੀਂ ਵੀ ਡਾਊਨ ਆ ਜਾਣਾ ਹੈ ਹਨਾ ਔਰ ਇਹ ਕੈਮਰੇ ਦੀ ਅੱਖ ਹੈ ਇਹ ਕਿਸੇ ਚੀਜ਼ ਨੂੰ ਨਹੀਂ ਬਖਸ਼ਦੀ ਜੀ ਔਰ ਲੱਖਾਂ ਲੋਕਾਂ ਨੇ ਉਹ ਚੀਜ਼ ਦੇਖਣੀ ਹੁੰਦੀ ਹੈ ਤੁਸੀਂ ਟਿਕਟ ਖਰਚ ਕੇ ਆਪਣਾ ਕੀਮਤੀ ਟਾਈਮ ਕੱਢ ਕੇ ਸਿਨੇਮੇ ਚ ਆਉਨੇ ਹੋ ਔਰ ਪੈਸੇ ਆਪਣੀ ਮਿਹਨਤ ਦੀ ਕਮਾਈ ਚੋਂ ਪੈਸੇ ਖਰਚ ਕਿਉਂ ਨਾ ਹੋ ਫਿਰ ਜੇ ਤੁਹਾਨੂੰ ਐਕਟਰ ਮਾੜੇ ਮਿਲਣ ਅੱਗੋਂ ਸਾਰਾ ਕੁਝ ਵਧੀਆ ਨਾ ਮਿਲੇ ਤਾਂ ਫਿਰ ਤੁਸੀਂ ਤਾਂ ਲਾਨਤਾ ਹੀ ਪਾ ਕੇ ਜਾਓਗੇ ਨਾ ਸੋ ਮੇਰਾ ਇਹੀ ਇਹੀ ਕਹਿਣ ਦਾ ਮਕਸਦ ਹੁੰਦਾ ਹਰ ਵਾਰ ਕਿ ਜਿਸ ਦੀ ਜੌਬ ਹੈ ਉਸ ਤੋਂ ਉਹਦੀ ਜੌਬ ਕਰਵਾਓ ਹਮ ਸੋ ਛੋਟੇ ਜਦੋਂ ਤੁਸੀਂ ਕਿਹਾ ਕਿ ਅਸੀਂ ਦੇਖਦੇ ਹਾਂ ਸ਼ਾਰਟ ਵੀਡੀਓਜ਼ ਤੁਹਾਡੀ ਅੱਜਕਲ ਬੜੀਆਂ ਵਾਇਰਲ ਹੁੰਦੀਆਂ ਨੇ ਸੋ ਉਹ ਗਗੰਤਮਾਨ ਜੀ ਦੇ ਨਾਲ ਕਰਮਜੀਤ ਜੀ ਦੇ ਨਾਲ ਡੈਸਪ ਬਜਾ ਬਜਾ ਕੇ ਤੁਸੀਂ ਭੈਣ ਜੀ ਨੂੰ ਬਹੁਤ ਤੰਗ ਕੀਤਾ ਉਥੋਂ ਤੁਸੀਂ ਮੇਨ ਕਿਰਦਾਰਾਂ ਤੱਕ ਪਹੁੰਚੇ ਹੋ ਤੁਸੀਂ ਲੀਡ ਹੀਰੋ ਤੱਕ ਪਹੁੰਚੇ ਹੋ ਅੱਜ ਪੋਸਟਰਸ ਦੇ ਤੁਹਾਡੇ ਇੰਨੇ ਵੱਡੇ ਵੱਡੇ ਬੈਨਰਸ ਨੇਗੇ ਜਦੋਂ ਤੁਸੀਂ ਅਜਵੈਨਿਟਿਸ 'ਚ ਬੈੰਨੇ ਹੋ ਜਦੋਂ ਉਹ ਇੱਕ ਵੀਆਈਪੀ ਟ੍ਰੀਟਮੈਂਟ ਤੁਹਾਨੂੰ ਮਿਲਦਾ ਜੋ ਤੁਸੀਂ ਰਤਬਾ ਕਮਾਇਆ ਹੈ ਮਿਹਨਤ ਦੇ ਨਾਲ ਔਰ ਬੜਾ ਕੁਝ ਅਪ ਐਂਡ ਡਾਊਨਸ ਦੇਖ ਕੇ ਦੇਵ ਮਿਸ ਕਰਦੇ ਹੋ ਉਹ ਵੀਡੀਓਜ਼ ਜਦੋਂ ਤੁਹਾਡੇ ਅੱਗੇ ਆਉਂਦੀਆਂ ਨੇ ਉਹੀ ਉਹੀ ਤਾਂ ਸਾਡੀ ਮਿਹਨਤ ਹੈ ਜੀ ਉਹ ਸਾਡੀ ਮਿਹਨਤ ਹੈ ਮੈਂ ਪ੍ਰਿੰਸਪਾਈ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਥੀਏਟਰ ਕਰਦੇ ਸੀ ਅਸੀਂ ਸਟਰੀਟ ਪਲੇ ਤੱਕ ਕੀਤੇ ਹੋਏ ਨੇ ਸਾਡੇ ਜਿਹੜੇ ਗੁਰੂ ਸੈਮੂਲ ਭਾਜੀ ਉਹਨਾਂ ਨਾਲ ਮੈਂ ਸਟਰੀਟ ਪਲੇ ਬਹੁਤ ਕੀਤੇ ਹੈ ਕਸਿਆ ਹੋਇਆ ਆਦਮੀ ਸੀ ਇੱਕ ਸਟਰੀਟ ਪਲੇ ਕਰਦੇ ਸੀਗੇ ਤਾਂ ਅਸੀਂ ਸਟਰੀਟ ਪਲੇ ਕਰਨ ਤੋਂ ਬਾਅਦ ਚਾਦਰ ਫੜਨੀ 10-10 ਰੁਪਏ ਲੋਕਾਂ ਤੋਂ ਮੰਗਣੇ ਸਾਡੀ ਮਿਹਨਤ ਦਾ ਜਿਹੜਾ ਮੁੱਲ ਹੈਗਾ ਸਾਨੂੰ ਦੋ ਕਿਉਂਕਿ ਅਸੀਂ ਵੀ ਥੀਏਟਰ ਕਰਨਾ ਅੱਗੇ ਵਧਣਾ ਹੈ ਨਾ ਤਾਂ ਅਸੀਂ ਉੱਥੇ ਤੱਕ ਜਾ ਕੇ ਕੰਮ ਕਰਕੇ ਆਏ ਆ ਫਿਰ ਜਾ ਕੇ ਸੀਰੀਅਲਸ ਕੀਤੇ ਫੇਰ ਉਹ ਚੀਜ਼ਾਂ ਕੀਤੀਆਂ ਫਿਰ ਇਹ ਵੀ ਨਹੀਂ ਪਤਾ ਸੀ ਕਿ ਇਸ ਮੁਕਾਮ ਤੱਕ ਜਾ ਏਦਾਂ ਸਾਡੇ ਬੈਨਰ ਲੱਗਣਗੇ ਪੋਸਟਰ ਲੱਗਣਗੇ ਇਹ ਮੈਂ ਕਿਤੇ ਕਹਦਾ ਮੈਂ ਕਦੇ ਸੋਚਿਆ ਹੋਵੇ ਸੋ ਮੈਂ ਨਹੀਂ ਸੀ ਸੋਚਿਆ ਤਾਂ ਅਸੀਂ ਚੱਲਦੇ ਰਿ ਗਏ ਵਾਈਗਰੂ ਸਾਡੇ ਰਾਹ ਬਣਾਉਂਦਾ ਗਿਆ ਅਸੀਂ ਚੱਲਦੇ ਗਏ ਬਟ ਅਸੀਂ ਉਹ ਚੀਜ਼ਾਂ ਸਿੱਖ ਕੇ ਆਏ ਮਿਹਨਤ ਨਾਲ ਆਏ ਤਾਂ ਉਹ ਪ੍ਰਿੰਸੀਪਲ ਹੈ ਤੇ ਵੀ ਢੁਗਦੀ ਹੈ ਗਾ ਲੋ ਮੇਰੇ ਤੇ ਵੀ ਜਿੰਨੇ ਵੀ ਕਾਮਯਾਬ ਬੰਦੇ ਨੇ ਹਰ ਬੰਦਾ ਚਾਹੇ ਕਿਸੇ ਵੀ ਫੀਲਡ ਚ ਹੈ ਜਿਹੜਾ ਬੰਦਾ ਗਰਾਊਂਡ ਤੋਂ ਉੱਠਿਆ ਉਹ ਮਿਹਨਤ ਕਰਕੇ ਹੀ ਆਉਂਦਾ ਬਟ ਇਹ ਕਿ ਤੁਹਾਡਾ ਟਾਰਗੇਟ ਇੱਕ ਹੋਣਾ ਚਾਹੀਦਾ ਜੇ ਮੈਂ ਸੋਚਿਆ ਕਿ ਮੈਂ ਐਕਟਰ ਬਣਨਾ ਹੈ ਮੈਂ ਉਹ ਜਗ੍ਹਾ ਛੱਡੀ ਨਹੀਂ ਮੈਂ ਉਹ ਟਾਰਗੇਟ ਛੱਡਿਆ ਨਹੀਂ ਮੈਂ ਉਸੇ ਨੂੰ ਫੋਲੋ ਕਰਦਾ ਰਿਹਾ ਸੋ ਅੱਜ ਜਦੋਂ ਉਹਨਾਂ ਵੈਨਿਟੀਆਂ 'ਚ ਬੈਠਦੇ ਆ ਉਹਦਾ ਮਾਣ ਵੀ ਨਹੀਂ ਕਰੀਦਾ ਤਾਂ ਐ ਲੱਗਦਾ ਹੁੰਦਾ ਕਿ ਇਹ ਚੀਜ਼ਾਂ 4 ਦਿਨ ਦੀ ਚਾਨਣੀ ਨੇ ਕਦੋਂ ਚਲੀਆਂ ਜਾਣ ਕਦੋਂ ਪਤਾ ਨਹੀਂ ਹੈਗਾ ਔਰ ਤੁਹਾਡੀ ਲਾਈਫ ਦਾ ਕੁਝ ਨਹੀਂ ਪਤਾ ਅੱਜਕੱਲ ਜ਼ਿੰਦਗੀ ਬਹੁਤ ਛੋਟੀ ਹੈ ਇੰਨਾ ਟਰੈਵਲ ਕਰਦੇ ਆ ਸਾਨੂੰ ਐ ਲੱਗਦਾ ਹੁੰਦਾ ਸਾਡੀ ਅੱਖਾਂ ਸਾਹਮਣੇ ਆ ਬੰਦਾ ਫਿਰਦਾ ਸੀ ਅੱਜ ਦੁਨੀਆ ਤੇ ਹੈ ਨਹੀਂ ਸੋਈ ਚੀਜ਼ ਦਾ ਡਰ ਵੀ ਰਹਿੰਦਾ ਔਰ ਇਹਨਾਂ ਚੀਜ਼ਾਂ ਦਾ ਕਦੇ ਮਾਨ ਕਰਨਾ ਵੀ ਨਹੀਂ ਚਾਹੀਦਾ ਔਰ ਬਾਬੇ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਇਹ ਲਾਈਫ ਜੋ ਚੀਜ਼ ਅਸੀਂ ਸੋਚੀ ਸੀ ਕਿ ਯਾਰ ਅਸੀਂ ਐਕਟਰ ਬਣਨਾ ਉਹਨੇ ਸਾਡੀ ਸਾਡੀ ਸੋਚ ਤੋਂ ਉੱਤੇ ਦੀਆਂ ਚੀਜ਼ਾਂ ਸਾਨੂੰ ਦੇਤੀਆਂ। ਜੀ ਬਿਲਕੁਲ ਤੁਸੀਂ ਤਾਂ ਸਿਵਿਆਂ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਦੇ ਸੀ। ਇਹ ਸਾਰਿਆਂ ਨੂੰ ਯਾਰ ਵੀ ਐਸੇ ਵਿਹਾਂ ਤੇ ਕਰਦੇ ਸੀ। ਕਿਉਂਕਿ ਬਹੁਤ ਵੱਡੀ ਗੱਲ ਹੈ ਇਹ ਵੀ ਇੱਕ ਡੈਸਪੀਰੇਸ਼ਨ ਹੈ ਜੋ ਸ਼ਾਇਦ ਉਸ ਉਮਰ ਦੇ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਹੁੰਦੀ। ਨਹੀਂ ਹਾਂ ਕਈ ਜਵਾਬ ਭਾਤ ਜਾਂਦੇ ਸੀ ਵੀ ਯਾਰ ਇੱਥੇ ਪੂਤ ਹੁੰਦੇ ਆ। ਅੱਛਾ ਤੁਹਾਡੇ ਯਾਰ ਦੋਸਤ ਯਾਰਾਂ ਦਾ ਰੁਤਪਾ ਦੀ ਗੱਲ ਚੱਲ ਰਹੀ ਹੈ ਉਦੋਂ ਰੁਕਦੇ ਹੁੰਦੇ ਸੀ ਵੀ ਜਾਂ ਫਿਰ ਉਦੋਂ ਵੀ ਇਕੱਲੇ ਜਿਹੜੇ ਯਾਰ ਸੀਗੇ ਅੱਗੇ ਵੀ ਬਾਅਦ ਵਿੱਚ ਤੁਰੇ ਹੋਣ ਵੀ ਲੱਕੀ ਪੱਪੂ ਵਰਗੇ ਉਹ ਰੁਕੇ ਜਿਹੜੇ ਨਹੀਂ ਯਾਰ ਹੁਣ ਉਹ ਨਹੀਂ ਰੁਕੇ ਸੀ ਉਦੋਂ ਜੀ ਸੋ ਮੈਂ ਇਹਨਾਂ ਨਾਲ ਵੀ ਗੱਲ ਕੀਤੀ ਸੀ ਕਿ ਫਿਲਮ ਦਾ ਇੱਕ ਬਹੁਤ ਬਾ ਕਮਾਲ ਡਾਇਲੋਗ ਮੈਨੂੰ ਮਹਿਸੂਸ ਹੋਇਆ ਕਿਉਂਕਿ ਅਸੀਂ ਲੋਕ ਜੁੜੇ ਹੋਇਆ ਕਲਮ ਦੇ ਨਾਲ ਵੀ ਜੋ ਹਥਿਆਰ ਇਸ ਕਲਮ ਵਰਗਾ ਕੋਈ ਹਥਿਆਰ ਨਹੀਂ ਹੈ ਹੈਨਾ ਸੋ ਤੁਸੀਂ ਵੀ ਬਹੁਤ ਜ਼ਿਆਦਾ ਤਾਲੁਕਾਤ ਰੱਖਦੇ ਹੋ ਲਿਖਣ ਪੜਨ ਦੇ ਨਾਲ ਤੁਸੀਂ ਤੁਹਾਨੂੰ ਇਹ ਡਾਇਲੋਗ ਦੇਖ ਕੇ ਪਹਿਲੇ ਤੇ ਤੁਹਾਨੂੰ ਕੀ ਫੀਲ ਆਈ ਨਹੀਂ ਵਧੀਆ ਡਾਇਲੋਗ ਹਮੇਸ਼ਾ ਸੁਣਦੇ ਆਏ ਆ ਔਰ ਵਾਕਈ ਕਲਮ ਨੇ ਜੋ ਕੰਮ ਕਰਤਾ ਉਹ ਹਥਿਆਰ ਵੀ ਨਹੀਂ ਕਰ ਸਕੇ ਜੀ ਫੈਸਲਾ ਆਖਰਕਾਰ ਤੁਹਾਡਾ ਦੋ ਲੜਾਈਆਂ ਹੋ ਰਹੀਆਂ ਹਨ ਦੋ ਮੁਲਕਾਂ ਦੇ ਵਿੱਚ ਉਹ ਫਿਰ ਜਿਹੜੀ ਹਥਿਆਰਾਂ ਦੀ ਲੜਾਈ ਹੈ ਉਹ ਕਲਮ ਹੀ ਹੁੰਦੀ ਹੈ ਜਿਹੜੀ ਉਹ ਕਲਮ ਜਿਹੜੀ ਸੰਧੀ ਉਹ ਕਲਮ ਨਾਲ ਹੀ ਰੁਕਦੀ ਹੈ ਵੱਡੇ ਵੱਡੇ ਫੈਸਲੇ ਕੋਈ ਵੀ ਸਮਝੌਤੇ ਹੋਏ ਹੁਣ ਕਲਮ ਨੇ ਹੀ ਕੀਤੇ ਨੇ ਤੇ ਉਹ ਸਮਝੌਤੇ ਟਿਕੇ ਰਹਿੰਦੇ ਹਨ ਔਰ ਹਥਿਆਰਾਂ ਦੇ ਸਰਤੇ ਬਾਲੇ ਸਮਝੌਤੇ ਤੁਸੀਂ ਕਿਸੇ ਨੂੰ ਡਰਾ ਕੇ ਕੋਈ ਚੀਜ਼ ਨਹੀਂ ਪਾ ਸਕਦੇ ਜੋ ਪਿਆਰ ਨਾਲ ਕਲਮ ਪਿਆਰ ਦਾ ਕੰਮ ਕਰਦੀ ਹੈ ਜੀ ਉਹ ਲੱਗੀ ਹੋਈ ਅੱਗ ਦੇ ਉੱਤੇ ਪਾਣੀ ਦਾ ਕੰਮ ਕਰਦੀ ਹੈ ਸੋ ਕਲਮ ਦੀ ਤਾਕਤ ਆਲਵੇਜ਼ ਵੱਡੀ ਹੁੰਦੀ ਹੈ ਅੱਛਾ ਮਿਹਨਤ ਤੁਸੀਂ ਵੀ ਕੀਤੀ ਐ ਮਿਹਨਤ ਉਹਨਾਂ ਨੇ ਵੀ ਕੀਤੀ ਐ ਮੈਨੂੰ ਲੱਗਦਾ ਇੱਕ ਫਿਲਮ ਸਾਰੇ ਕੈਰੈਕਟਰਸ ਨੂੰ ਮਿਲਾ ਕੇ ਬਣਦੀ ਐ ਇੱਕ ਇਨਸਾਨ ਦੀ ਫਿਲਮ ਨਹੀਂ ਹੁੰਦੀ ਦੇਖਣ ਵਾਲੇ ਬੜੀ ਜਲਦੀ ਐਨਾਲਿਸਿਸ ਕਰ ਦਿੰਦੇ ਐ ਉਹ ਉਹਦੀ ਸਕਰੀਨ ਸਪੇਸ ਖਾ ਗਿਆ ਲੈ ਉਹਨੇ ਤਾਂ ਉਹਨੂੰ ਇਸ ਫਿਲਮ ਦੇ ਵਿੱਚ ਡੋਮੀਨੇਟ ਹੀ ਕਰਤਾ ਤੇ ਜਦੋਂ ਕਾਸਟਿੰਗ ਹੁੰਦੀ ਐ ਕੀ ਇਹ ਚੀਜ਼ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੁੰਦਾ ਜਦੋਂ ਤੁਸੀਂ ਸਾਰੇ ਫਿਲਮਾਂ ਦੇ ਵਿੱਚ ਆ ਕੇ ਮਿਲਦੇ ਹੋ ਬੈੰਨੇ ਹੋ ਤੇ ਕੀ ਇਹ ਚੀਜ਼ ਆ ਡਿਸਕਸ ਹੁੰਦੀਆਂ ਨੇ ਔਰ ਕਿੰਨਾ ਕੁ ਪ੍ਰਭਾਵ ਪਾਉਂਦੀ ਐ ਦੇਖੋ ਮੈਂ ਇੱਕ ਚੀਜ਼ ਮੰਨਦਾ ਕਦੇ ਕੋਈ ਐਕਟਰ ਕਿਸੇ ਨੂੰ ਨਹੀਂ ਖਾਂਦਾ ਜੇ ਤੁਸੀਂ ਕਹਦਾ ਉਹ ਐਕਟਰ ਉਹਨੂੰ ਖਾ ਗਿਆ ਜਾਂ ਐਕਟਰ ਉਹ ਕਰ ਗਿਆ ਕਈ ਐਕਟਰ ਇੰਨੇ ਬਾ ਕਮਾਲ ਹੁੰਦੇ ਨੇ ਕਿ ਉਹਨਾਂ ਦਾ ਅੰਦਾਜ਼ ਹੀ ਇਦਾਂ ਦਾ ਹੁੰਦਾ ਹੈ ਜਾਂ ਉਹਨਾਂ ਦੀ ਆਵਾਜ਼ ਲਾ ਲੋ ਜਾਂ ਉਹਨਾਂ ਦੀ ਬੋਡੀ ਲੈਂਗੁਏਜ ਕਿ ਉਹ ਸਾਨੂੰ ਵੈਸੀ ਚੰਗੀ ਲੱਗਦੀ ਹੈ ਜਿਵੇਂ ਤੁਸੀਂ ਸੈਮੂਲ ਬਾਈ ਵਾਲੀ ਹਾਂ ਸੈਮੂਲ ਸੈਮੂਲ ਬਾਈ ਵਾਲੀ ਗੱਲ ਕਰਦਾ ਕਿ ਉਹ ਬੰਦੇ ਦਾ ਅੰਦਾਜ਼ ਉਹਦਾ ਗੱਲਬਾਤ ਦਾ ਤਰੀਕਾ ਉਹਨੇ ਇੰਨਾ ਥੀਏਟਰ ਕੀਤਾ ਬੰਦੇ ਨੇ ਹੁਣ ਉਹਦੇ ਸਾਹਮਣੇ ਕੋਈ ਨਵਾਂ ਕਲਾਕਾਰ ਆਊਗਾ ਤਾਂ ਆਬਵੀਅਸਲੀ ਉਹ ਬੰਦਾ ਉਹਦੇ ਉੱਤੇ ਪ੍ਰਭਾਵ ਛੱਡ ਕੇ ਜਾਊਗਾ ਹਾਵੀ ਹੋਊਗਾ ਹਨਾ ਸੋ ਕਈ ਵਾਰ ਕੈਰੈਕਟਰ ਹੀ ਨੇ ਸਟਰੋਂਗ ਹੁੰਦੇ ਨੇ ਕੈਰੈਕਟਰ ਹੀ ਇ ਕਿ ਦੂਜਾ ਐਕਟਰ ਭਾਵੇਂ ਜਿੰਨਾ ਮਰਜੀ ਕਮਾਲ ਦਾ ਮਰਜੀ ਕਰ ਲੇ ਜਿੰਨਾ ਮਰਜੀ ਤਗੜਾ ਹੋਵੇ ਐਕਟਰ ਸਾਹਮਣੇ ਖੜਾ ਹੈ ਪਰ ਜੇ ਹੁਣ ਕਿਸੇ ਬੰਦੇ ਦਾ ਕਰੈਕਟਰ ਉਹਦੇ ਕੋਲ ਲਾਈਨਸ ਵੀ ਪਾਵਰਫੁਲ ਨੇ ਪੰਚਸ ਨੇ ਉਹਦਾ ਕਰੈਕਟਰ ਇੰਨਾ ਸਟਰੋਂਗ ਲਿਖਤਾ ਤਾਂ ਆਬਵੀਅਸਲੀ ਉਹ ਕਿਰਦਾਰ ਹੈ ਜਿਹੜਾ ਤੁਹਾਨੂੰ ਹੈਡ ਕਿਰਦਾਰ ਦੀ ਹੈ ਜੀ ਕਿਰਦਾਰ ਦੀ ਖੇਡ ਹੈ ਬਿਲਕੁਲ ਤੁਹਾਡੀ ਮੈਂਟਲ ਟਰਾਂਸਫਰਮੇਸ਼ਨ ਦੇ ਨਾਲ ਤੁਹਾਡੀ ਫਿਜ਼ੀਕਲ ਅਪੀਅਰੈਂਸ ਬਹੁਤ ਮਾਇਨੇ ਰੱਖਦੀ ਸੋ ਦੇਵ ਕਰੋੜ ਇਸ ਇਕੁਅਲ ਟੂ ਵਿਨਟੇਜ ਲੁੱਕ ਕਿਉਂਕਿ ਯੂ ਕੈਨ ਸੇ ਵਾਟ ਅ ਹੈ ਕਿਤਨਾ ਕਿਤੇ ਤੁਹਾਨੂੰ ਕਿਵੇਂ ਲੱਗੀ ਹੈ ਮੈਨੂੰ ਵਧੀਆ ਲੱਗੀ ਵਧੀਆ ਲੱਗੀ ਮੈਨੂੰ ਉਹ ਕੈਪ ਵਾਲਾ ਤੇ ਉਹ ਸਾਰਾ ਮੈਨੂੰ ਬਹੁਤ ਕਹਿੰਦ ਲੱਗਿਆ ਹਾਂ ਐਕਚੁਅਲੀ ਮੈਂ ਟਰਾਈ ਕੀਤਾ ਆਲਵੇਜ਼ ਹੁਣ ਮੈਂ ਬਲੈਕੀ ਵਾਲੀ ਵੀ ਇੱਕ ਨਵੀਂ ਪਰ ਮੇਰੇ ਲਈ ਇੱਕ ਬੜਾ ਵੱਡਾ ਪੰਗਾ ਸੀ ਇਹ ਲੁੱਕ ਮੈਂ ਕੈਰੀ ਦਾ ਕਰ ਲਈ ਕਿਉਂਕਿ ਮੈਂ ਮੋਡ ਦੀ ਸ਼ੂਟਿੰਗ ਕਰਕੇ ਆਇਆ ਸੀਗਾ ਥੋੜਾ weight ਮੇਰਾ gain ਹੋਇਆ ਹੋਇਆ ਸੀਗਾ ਸੋ ਮੈਨੂੰ ਵਰਕਆਊਟ ਦਾ ਟਾਈਮ ਨਹੀਂ ਮਿਲਿਆ ਮੈਂ ਸਿੱਧਾ ਉਧਰੋਂ ਇੱਥੇ ਲੈਂਡ ਹੋਇਆ ਤੇ ਜਦੋਂ ਇਹ ਲੁੱਕ ਮੇਰੇ ਸਾਹਮਣੇ ਆਈ ਤਾਂ ਲੱਗਿਆ ਕਿ ਅਸੀਂ ਇਹ ਆ ਲਵਾਂਗੇ ਕੈਪ ਵਗੈਰਾ ਉਹਦਾਂ ਦਾ ਦਿਖਣਾ ਚਾਹੀਦਾ ਫਿਰ ਮੈਨੂੰ ਲੱਗਿਆ ਯਾਰ ਮੇਰੀ ਬਲੈਕਆ ਦੀ ਲੁੱਕ ਤੇ ਤਾਂ ਮੈਂ ਕਰੂੰਗਾ ਕਿ ਅੱਗੇ ਜਾ ਕੇ ਬਲੈਕਆ ਦੇ ਵਿੱਚ ਤਾਂ ਮੇਰੇ ਲਈ ਬਹੁਤ ਵੱਡਾ ਚੈਲੰਜ ਬਣ ਗਿਆ ਸੀ ਬਲੈਕਆ ਦੀ ਲੁੱਕ ਦਾ ਇਸ ਲੁੱਕ ਨਾਲ ਪਰ ਮੈਨੂੰ ਲੱਗ ਰਿਹਾ ਸੀਗਾ ਕਿ ਸਿਮਿਲਰ ਲੁਕਸ ਆ ਜਾਣਗੀਆਂ ਮੈਂ ਵਾਲ ਐਕਚੁਅਲੀ ਬਲੈਕੀ ਵਾਲੀ ਵਧਾਰਿਆ ਸੀਗਾ ਹਣਾ ਪਰ ਮੈਂ ਉਹ ਤੁਸੀਂ ਮੈਨੂੰ ਫੋਟੋ ਦਿਖਾਈਆਂ ਬਹੁਤ ਫਰਕ fell ਮੈਂ ਮਿਹਨਤ ਬਹੁਤ ਕੀਤੀ ਹੈ ਬਲੈਕੀਆ ਲੁੱਕ ਲਈ ਫਿਰ ਮੈਨੂੰ ਲੱਗਿਆ ਯਾਰ ਰਤਬਾ ਦੀ ਲੁੱਕ ਤੋਂ ਬਲੈਕੀਆ ਦੀ ਲੁੱਕ ਟੋਟਲੀ ਅਜੇ ਮੈਂ ਹਾਲੇ ਤੱਕ ਉਹਦੀ ਕੋਈ ਫੋਟੋ ਨਹੀਂ ਪਾਈ ਬਲੈਕੀਆ ਦੀ ਉਹ ਲੁੱਕ ਵਾਲੀ ਮੈਂ ਚਾਹੁੰਨਾ ਕਿ ਉਹਦਾ ਪ ਸੋ ਚੈਲੰਜ ਰਹਿੰਦਾ ਤੁਹਾਡੇ ਕੋਲੋਂ ਹਨਾ ਕੀ ਵਾਰ ਤੁਸੀਂ ਫਸ ਜਾਂਦੇ ਹੋ ਤੁਸੀਂ ਕਿਸੇ ਹੋਰ ਫਿਲਮ ਦੀ ਤਿਆਰੀ ਕਰ ਰਹੇ ਹੋ ਨਾ ਬਟ ਅੱਗੇ ਉਹਨੂੰ ਕਰਨੀ ਦੂਜੀ ਫਿਲਮ ਪੈ ਜਾਂਦੀ ਉਸ ਲੋਕ ਚ ਤੇ ਜਦੋਂ ਮੈਂ ਪਹਿਲੀ ਵਾਰ ਮੇਰੇ ਡਾਇਰੈਕਟਰ ਨੇ ਥੋੜੀ ਜੀ ਨਾਰਾਜ਼ਗੀ ਦਿਖਾਈ ਦੇ ਬਾਈ ਆਪਾਂ ਤਾਂ ਬਲੈਕਿਆ ਦੇ ਲਈ ਰੱਖ ਰਹੇ ਸੀ ਨਵਨੀਤ ਬਾਈ ਕਹਿੰਦਾ ਇਹ ਹੁਣ ਰੁਤਬਾ ਚ ਆ ਜਾਣੀ ਅਮਾ ਬਾਈ ਜੀ ਉਹਦੇ ਲਈ ਕੁਝ ਕਰਾਂਗੇ ਆਪਾਂ ਸੋਚਦੇ ਹਾਂ ਕੀ ਕਰ ਸਕਦੇ ਹਾਂ राइट ਤੇ ਸੱਚਾ ਤੁਹਾਨੂੰ ਬਹੁਤ ਮਿਸ ਕਰ ਰਹੇ ਸੀ ਟ੍ਰੇਲਰ ਲਾਂਚ ਤੇ ਨਾ ਬੜਿਆ ਜਨਾਂ ਦਾ ਸੁਭਾਲ ਸੀਗਾ ਵੀ ਦੇਵ ਆਪ ਕਿਉਂ ਨਹੀਂ ਆਏ ਆਪਣੀ ਫਿਲਮ ਦੇ ਵਿੱਚ ਮੈਂ ਜੀ ਉਦੋਂ ਬਲੈਕ ਇਸ ਸ਼ੂਟ ਦੇ ਵਿੱਚ ਅੱਛਾ ਰਤਬਾ ਦੇ ਟ੍ਰੇਲਰ ਦੀ ਆਪਾਂ ਗੱਲ ਕਰੀ ਤੁਹਾਡੀ ਫੈਮਲੀ ਦਾ ਕੀ ਰਿਸਪੌਂਸ ਰਿਹਾ ਕੀ ਕੰਪਲੀਮੈਂਟ ਉਹਨਾਂ ਨੂੰ ਕਦੇ ਵੀ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤ ਜ਼ਿਆਦਾ ਉਹ ਤਾਂ ਮੇਰੀ ਮਾੜੀ ਤੋਂ ਮਾੜੀ ਚੀਜ਼ ਨੂੰ ਵੀ ਵਧੀਆ ਕਹਿ ਦਿੰਦੇ ਆ ਹੁਣ ਕੀ ਕਰ ਸਕਦੇ ਆ ਮੈਂ ਉਹਨਾਂ ਦੇ ਮੈਨੂੰ ਪਤਾ ਹੁੰਦਾ ਇਹਨਾਂ ਨੂੰ ਕੁਝ ਵੀ ਦਿਖਾ ਲਓ ਜਾਂ ਕੁਝ ਵੀ ਦੇਖ ਲਓ ਮੇਰਾ ਬ੍ਰਦਰ ਈਵਨ ਕੇ ਮੇਰੇ ਨੈਫਿਊ ਤੋਂ ਪੁੱਛਿਆ ਮੈਂ ਉਹ ਕੈਨੇਡਾ ਹੈ ਮੈਂ ਕਿਹਾ ਕਿਵੇਂ ਲੱਗਾ ਬਹੁਤ ਚਾਚੂ ਕਹਿੰਦਾ ਬੜੇ ਬੱਲੇ ਬੱਲੇ ਆ ਮੈਂ ਕਿਹਾ ਤੂੰ ਹਰ ਹਾਰ ਇੱਕ ਨੂੰ ਕਹਿ ਦਨਾ ਅੱਛਾ ਇੱਕ ਗੱਲ ਜੋ ਬਹੁਤ ਜੈਨੂਨ ਹੈ ਔਰ ਜੋ ਐਕਚੁਅਲੀ ਅਸੀਂ ਹਰ ਰੋਜ਼ ਫੇਸ ਕਰਦੇ ਆ ਸਾਡੇ ਮੂੰਹ ਤੇ ਕਹਿਣ ਵਾਲੇ ਬੜੇ ਜਿਹੇ ਹੁੰਦੇ ਆ ਬਹੁਤ ਕਮਾਲ ਤੁਸੀਂ ਬਹੁਤ ਬੱਲੇ ਬੱਲੇ ਕਰਵਾਤੀ ਹੈ ਨਾ ਔਰ ਸਾਨੂੰ ਪਤਾ ਵੀ ਹੁੰਦਾ ਹੈ ਕਿ ਅੱਛੀ ਚੀਜ਼ ਹੈ ਬਟ ਐਕਚੁਅਲੀ ਕਈ ਵਾਰ ਅਸੀਂ ਇੱਕ ਹੀ ਗਰੁੱਪ ਚ ਬੈਠੇ ਕੁਝ ਲੋਕਾਂ ਤੋਂ ਐਕਸਪੈਕਟ ਕਰ ਰਹੇ ਹੁੰਦੇ ਆ ਕਿ ਉਹ ਸਾਡੇ ਪ੍ਰੋਡਕਟ ਦੀ ਸਾਡੇ ਕੰਮ ਦੀ ਰਿਸਪੈਕਟ ਕਰਨ ਬਟ ਮੂੰਹ ਤੇ ਬੱਲੇ ਬੱਲੇ ਕਰਦੇ ਨੇ ਲੇਕਿਨ ਉਹ ਕੰਮ ਦੀ ਕਦੀ ਵੀ ਅਪਰੀਸ਼ੀਏਸ਼ਨ ਸਾਨੂੰ ਨਹੀਂ ਦਿੰਦੇ ਨੇਗੇ ਇਟ ਹੈਪਨ ਟੂ ਯੂ ਸਾਰਿਆਂ ਨਾਲ ਹੁੰਦਾ ਹੈ ਹਰ ਇੱਕ ਨਾਲ ਹੀ ਹੁੰਦਾ ਹਰ ਇੱਕ ਨਾਲ ਹੁੰਦਾ ਹੈ ਕਿ ਟ੍ਰੇਲਰ ਦੇਖਿਆ ਸਭ ਨੇ ਕਿਹਾ ਵਧੀਆ ਪਰ ਉਹ ਦੋ ਤਿੰਨ ਜਣੇ ਚੁੱਪ ਨੇ ਇੱਕ ਕੱਲਾ ਪਿੱਛੇ ਤਾਰੀਫ਼ ਕਰਦਾ ਇੱਕ ਕੱਲਾ ਫਿਲਮ ਲਾਈਨ ਚ ਨਹੀਂ ਇਹ ਹਰ ਕੰਮ ਹਰ ਕੰਮ ਚ ਹੁੰਦਾ ਹਰ ਕੰਮ ਚ ਹੁੰਦਾ ਕਈ ਬੰਦੇ ਆਂਦਾ ਐਨ ਹੁੰਦਾ ਹੂੰ ਆ ਆਪਣਾ ਆਪਣਾ ਰੀਐਕਟ ਕਰਨ ਦਾ ਅੰਦਾਜ਼ ਹੈ ਹਰ ਬੰਦੇ ਦਾ ਨੇ ਕਿਵੇਂ ਸੀਗਾ ਠੀਕ ਸੀਗਾ ਉਹ ਠੀਕ ਕਹਿਣਾ ਵੀ ਕਈ ਵਾਰ ਬਹੁਤ ਵਧੀਆ ਹੁੰਦਾ ਬੰਦੇ ਰਹਿਣ ਨਾਲ ਕਈ ਉਹ ਜਿਹੜੇ ਕਿਸੇ ਨੂੰ ਕਦੇ ਐਪਰੀਸ਼ੀਏਟ ਨਹੀਂ ਕਰਦੇ ਉਹ ਬੰਦੇ ਤੁਹਾਨੂੰ ਠੀਕ ਵੀ ਕਹਿ ਜਣਨਾ ਤੁਸੀਂ ਪਾਸ ਹੋ ਰਾਈਟ ਇਹ ਵੀ ਹੈ ਹਰ ਇੱਕ ਬੰਦੇ ਦਾ ਰਿਐਕਟ ਕਰਨਾ ਕਈ ਕਹਣਗੇ ਬਾਜੀ ਬੋਕ ਬਾਹ ਕਮਾਲ ਭਾਈ ਬਹੁਤ ਵਧੀਆ ਹੁਣ ਮੈਨੂੰ ਲੱਗਦਾ ਆਪਾਂ ਇੰਨਾ ਕੰਮ ਦੇਖਦੇ ਆ ਇੰਨਾ ਸਿਨੇਮਾ ਦੇਖਦੇ ਆ ਸਾਡਾ ਵਰਲਡ ਦਾ ਸਿਨੇਮਾ ਦੇਖਦੇ ਆ ਆਪਣੀ ਫਿਲਮ ਚ ਨੁਕਸ ਕੱਢੀ ਜਾਂਦੇ ਆ ਅਸੀਂ ਤਾਂ ਨਹੀਂ ਜਿਹੜੀਆਂ ਬੜੀਆਂ ਮਾਰਦੀਆਂ ਆ ਐਕਚੁਅਲੀ ਕਿਉਂਕਿ ਮੈਨੂੰ ਲੱਗਦਾ ਕਲਾਕਾਰ ਜਿਹੜਾ ਹੁੰਦਾ ਉਹ ਕਦੀ ਵੀ ਸੈਟੀਸਫਾਈ ਨਹੀਂ ਹੁੰਦਾ ਸ਼ਾਇਦ ਤੁਸੀਂ ਹੁਣੇ ਟ੍ਰੇਲਰ ਦੀ ਗੱਲ ਕਰ ਰਹੇ ਸੀਗੇ ਕਿ ਤੁਸੀਂ ਪੂਰੀ ਫਿਲਮ ਬਣਾਈ ਹੈ ਤੁਹਾਨੂੰ ਤਾਂ ਪਤਾ ਹੋਊਗਾ ਕਿ ਕਿੰਨੀਆਂ ਚੀਜ਼ਾਂ ਜਿਹੜੀਆਂ ਲੇਅਰ ਹੈਗੀਆਂ ਨੇ ਉਹ ਅਨਫੋਲਡ ਹੋਣਗੀਆਂ ਤੁਸੀਂ ਖੁਦ ਦੇ ਟ੍ਰੇਲਰ ਤੋਂ ਸੈਟੀਸਫਾਈ ਹੋ ਜਾਂ ਤੁਹਾਡੇ ਦਿਮਾਗ 'ਚ ਕਿਤੇ ਨਾ ਕਿਤੇ ਹੈ ਕਿ ਨਹੀਂ ਯਾਰ ਬੜਾ ਕੁਝ ਰਹਿ ਗਿਆ ਹੈ ਇਹ ਹੋ ਸਕਦਾ ਸੀ ਜਾਂ ਇਹ ਚੀਜ਼ ਕਿਉਂ ਨਹੀਂ ਹੈਗੀ ਨਹੀਂ ਜਿਸ ਕਿਸਮ ਦਾ ਫਿਲਮ ਹੈ ਜਿਸ ਕਿਸਮ ਦੀ ਫਿਲਮ ਹੈ ਉਸੇ ਕਿਸਮ ਦਾ ਟ੍ਰੇਲਰ ਪਰ ਵੀਲ ਨਹੀਂ ਚਾਹੀ ਨਹੀਂ ਸਾਨੂੰ ਸਾਨੂੰ ਐ ਨਹੀਂ ਲੱਗਿਆ ਵੀ ਯਾਰ ਇਹਦੇ ਚ ਹੋਰ ਚਾਹੀਦਾ ਸੀ ਜਾਂ ਚਾਹੀਦਾ ਸੀ ਜਿਵੇਂ ਫਿਲਮ ਹੈ ਉਵੇਂ ਟ੍ਰੇਲਰ ਆ ਜੀ ਸੋ ਇਹਨਾਂ ਨਾਲ ਤਾਂ ਗੱਲ ਹੋ ਕੇ ਪਤਾ ਲੱਗ ਗਿਆ ਸੀ ਤੁਸੀਂ ਇਹਨਾਂ ਦੇ ਨਾਲ ਕੰਮ ਕੀਤਾ ਇੰਪਰੋਵਾਈਜ਼ੇਸ਼ਨ ਦੀ ਗੱਲ ਮੈਂ ਕੀਤੀ ਸੀ ਕਿਉਂਕਿ ਤੁਹਾਡੇ ਦੋਨਾਂ ਦੇ ਹੀ ਜਿਹੜੇ ਮਾਈਂਡਸੈਟ ਐਂਡ ਪਲੋਟਿੰਗਸ ਨੇ ਉਹ ਤੁਹਾਨੂੰ ਮਤਲਬ ਮੈਨੂੰ ਲੱਗਦਾ ਸਪੌਟੈਨਿਟੀ ਬਹੁਤ ਵੱਡੀ ਚੀਜ਼ ਐ ਦੋਨਾਂ ਚ ਹੀ ਐ ਸੋ ਤੁਹਾਡਾ ਤੁਹਾਡਾ ਕਿਹੋ ਜਿਹਾ ਐਕਸਪੀਰੀਐਂਸ ਇਸ ਸੈੱਟ ਤੇ ਕਿਸ ਤਰ੍ਹਾਂ ਇੰਪਰੋਵਾਈਜ਼ੇਸ਼ਨਸ ਹੁੰਦੀਆਂ ਸੀ ਅਸੀਂ ਕਈ ਸੀਨ ਦੇ ਵੀ ਸਾਡੇ ਇਕੱਠੇ ਹੋਏ ਸੀ ਇੰਪਰੋਵਾਈਜ਼ੇਸ਼ਨ ਕੀਤੀ ਆ ਉੱਥੇ ਕਈ ਵਾਰ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਰਾਈਟਰ ਨੇ ਕੁਝ ਹੋਰ ਲਿਖਿਆ ਹੋਇਆ ਸੀਗਾ ਤਾਂ ਅਸੀਂ ਦੋਵਾਂ ਨੇ ਸੋਚਿਆ ਕਿ ਯਾਰ ਇੱਥੇ ਇੱਕ ਮੈਸੇਜ ਦੇ ਸਕਦੇ ਹਾਂ ਅਸੀਂ ਇਸ ਡਾਇਲੌਗ ਦੇ ਜ਼ਰੀਏ ਲੋਕਾਂ ਨੂੰ ਕਿ ਯਾਰ ਉਹ ਸੀਗਾ ਕਿ ਮੈਂ ਪੁੱਛਦਾ ਬਾਈ ਤੋ ਵੀ ਯਾਰ ਤੂੰ ਇਹ ਖੜਕੇ ਦੜਕੇ ਤੇ ਮੇਰੇ ਵਰਗੇ ਇੱਕ ਗੈਂਸਟਰ ਦੀ ਲਾਈਫ ਤੇ ਕੰਮ ਕਿਉਂ ਕਰਨਾ ਚਾਹੁੰਦਾ ਤਾਂ ਉਹਦਾ ਜਵਾਬ ਸੀਗਾ ਕਹਿੰਦਾ ਮੈਂ ਨਹੀਂ ਕਰਨਾ ਚਾਹੁੰਦਾ ਮੈਂ ਲਿਖਣਾ ਵਧੀਆ ਚਾਹੁੰਦਾ ਮੈਂ ਸਮਾਜ ਦੇ ਮੁੱਦਿਆਂ ਤੇ ਪਰ ਕਹਿੰਦਾ ਮੈਂ ਸਮਾਜ ਦੇ ਮੁੱਦਿਆਂ ਤੇ ਲਿਖਿਆ ਮੈਂ ਫਲॉप ਹੋ ਗਿਆ ਜਦੋਂ ਮੈਂ ਆ ਖੜਕੇ ਦੜਕੇ ਵਾਲੀ ਚੀਜ਼ ਲਿਖਿਆ ਤਾਂ ਉਹ ਲੋਕਾਂ ਨੇ ਉਹਨੂੰ ਬੱਲੇ ਬੱਲੇ ਵੀ ਲੋਕ ਠਾਠਾਂ ਪਸੰਦ ਕਰ ਗਏ ਵੀ ਲੋਕ ਹੀ ਲਿਖਵਾਉਂਦੇ ਆ ਸਾਡੇ ਤੋਂ ਰਾਈਟ ਅਸੀਂ ਨਹੀਂ ਲੋਕ ਦੇਖਣਾ ਪਸੰਦ ਕਰਦੇ ਆ ਮੈਂ ਹਮੇਸ਼ਾ ਇਹ ਚੀਜ਼ ਹੈ ਨਾ ਕੋਈ ਐਕਟਰ ਕੋਈ ਸਿੰਗਰ ਹਮੇਸ਼ਾ ਆਡੀਅנס ਦਾ ਹੁੰਦਾ ਹੈ ਜੀ ਜੇ ਚੀਜ਼ਾਂ ਬੁਰੀਆਂ ਹੋਣ ਤਾਂ ਲੋਕ ਨਹੀਂ ਸੁਣਨਗੇ ਰਾਈਟ ਇੱਕੇ ਚੱਪਾ ਵੀ ਸੀਗੇ ਤੁਸੀਂ ਵੀ ਸੀਗੇ ਉਹ ਖਾਸ ਕਿਸਮ ਦੇ ਗਾਣੇ ਤੁਹਾਨੂੰ ਉਦੋਂ ਬਹੁਤ ਵਧੀਆ ਲੱਗਦੇ ਸੀ ਅੱਜ ਉਹ ਗਾਣੇ ਤੁਹਾਨੂੰ ਬੁਰੇ ਲੱਗਣਗੇ ਹਮ ਉਮਰ ਦੇ ਨਾਲ ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਪੜਾਅ ਬਦਲਦੇ ਰਹਿੰਦੇ ਆ ਸਾਡੀਆਂ ਸਾਡੀ ਸਾਡੇ ਲਾਈਕਸ ਬਦਲਦੇ ਰਹਿੰਦੇ ਆ ਸਾਡੀ ਲਾਈਕਿੰਗ ਦੇ ਵਿੱਚ ਬਹੁਤ ਡਿਫਰੈਂਸ ਆ ਜਾਂਦਾ ਸਾਨੂੰ ਲੱਗਦਾ ਯਾਰ ਇਹ ਕੀ ਸੀਗਾ ਮੈਂ ਜਦੋਂ ਸਕੂਲ ਚ ਮੈਨੂੰ ਗਾਣੇ ਬੜੇ ਬਧੀ ਬਹੁਤ ਸੋਹਣੇ ਲੱਗਦਾ ਸੀ ਅੱਜ ਮੈਂ 뮤직 ਬਹੁਤ ਘੱਟ ਸੁਣਦਾ ਜੀ ਹਰਕਾ ਮੈਂ ਸਿਨਮੇ ਬਹੁਤ ਜ਼ਿਆਦਾ ਜਾਂਦਾ ਸੀ ਹੁਣ ਮੇਰਾ ਸਿਨਮੇ ਆਪਦੀ ਫਿਲਮ ਦੇਖਣ ਨੂੰ ਵੀ ਬਹੁਤ ਘੱਟ ਦਿਲ ਕਰਦਾ ਕਿ ਮੈਂ ਜਾਵਾਂ ਜਾਂ ਆਪਾਂ ਦੇਖ ਲੈ ਦੁਬਾਰਾ ਮਨ ਨਹੀਂ ਕਰਦਾ ਫਿਲਮਾਂ ਬਣਾਉਨੇ ਆ ਬਟ ਉਹ ਸਿਨਮਾ ਮੈਂ ਘਰੇ ਦੇਖ ਲੈਣਾ ਜੀ ਪਹਿਲਾਂ ਘਰੇ ਵੀ ਹੁੰਦਾ ਸੀ ਸਿਨਮਾ ਜਾਂ ਟੈਲੀਵਿਜ਼ਨ ਜਾਂ ਵੀਸੀਆਰ ਤੇ ਤਾਂ ਉਹਦਾ ਵੀ ਦਿਲ ਕਰਦਾ ਸੀ ਯਾਰ ਜਾ ਕੇ ਫਿਲਮ ਦੇਖ ਕੇ ਆਈਂ ਉਹਦਾ ਸਵਾਦ ਹੀ ਅਲੱਗ ਹੁੰਦਾ ਸੀ ਵੱਖਰਾ ਅੱਜ ਉਹੀ ਜਿਹੜਾ ਅਸੀਂ ਜਿਹੜੀ ਉਮਰ ਚੋਂ ਨਿਕਲ ਗਏ ਹਨਾ ਉਹ ਟੀਨ ਏਜ ਚ ਉਹਦੇ ਵਿੱਚ ਜੇ ਅੱਜ ਮੇਰੇ ਮੈਂ ਨੈਫੀ ਦੀ ਗੱਲ ਕਰਾਂ ਉਹ ਸਿਨੇਮਾ ਨੂੰ ਪ੍ਰੇਫਰੈਂਸ ਦਿੰਦਾ ਕਿ ਯਾਰ ਮੈਂ ਤਾਂ ਉੱਥੇ ਦੇਖੂਗਾ ਮੈਂ ਨਹੀਂ ਇੱਥੇ ਦੇਖਣੀ ਉਹਨੂੰ ਉਹੀ ਚਾਹ ਹੁੰਦਾ ਪਹਿਲੇ ਅਵੈਂਜਰ ਆਈ ਤੋਂ ਪਹਿਲਾਂ ਸ਼ੋਅ ਦੇਖਣ ਭੱਜਾ ਜਿਵੇਂ ਅਸੀਂ ਭੜਦੇ ਹੁੰਦੇ ਸੀਗੇ ਸੋ ਚੀਜ਼ਾਂ ਟਾਈਮ ਦੇ ਨਾਲ ਨਾਲ ਸਾਨੂੰ ਵੀ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਕਿਸੇ ਨੂੰ ਬੋਲਣ ਤੋਂ ਪਹਿਲਾਂ ਉਹਦੀ ਉਮਰ ਦਾ ਪੜਾਅ ਦੇਖ ਲੈਣਾ ਚਾਹੀਦਾ ਕਿ ਉਹ ਕਿਹੜੀ ਉਮਰ ਦੇ ਪੜਾਅ ਚ ਹੈ ਫੇਰ ਸੋਚਣਾ ਚਾਹੀਦਾ ਜਦੋਂ ਮੈਂ ਇਸ ਉਮਰ 'ਚ ਸੀ ਤਾਂ ਮੈਂ ਕੀ ਕਰਦਾ ਹੁੰਦਾ ਸੀ ਇੱਕ ਵਾਰ ਮੈਂ ਸਾਰਿਆਂ ਨੂੰ ਕਹਿੰਦਾ ਸੌਂ ਜ਼ਰੂਰ ਲਿਆ ਕਰੋ ਵੀ ਜੇ ਤੁਸੀਂ ਉਸ ਉਮਰ 'ਚ ਇਹ ਚੀਜ਼ਾਂ ਨਹੀਂ ਪਸੰਦ ਕਰਦੇ ਫੇਰ ਤੁਸੀਂ ਕਹੋ ਵੀ ਹਾਂ ਯਾਰ ਤੂੰ ਗਲਤ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ 'ਚੋਂ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਹੈ ਵੀ ਤੁਸੀਂ ਵੀ ਬਿਬਾਕ ਅੰਦਾਜ਼ ਹੈ ਤੁਹਾਡਾ ਤੁਸੀਂ ਅਲਵੇਜ਼ ਮੇਰੇ ਜੋ ਦਿਲ 'ਚੋਂ ਆਦਾ ਜ਼ੁਬਾਨ 'ਤੇ ਆਈ ਜਾਂਦਾ ਮੈਂ ਤੁਰਕਿਆ ਨਹੀਂ ਜਾਂਦਾ ਕਲਨ ਬਾਈ ਜੀ ਤੁਸੀਂ ਵੀ ਸੇਮ ਹੀ ਹੋ ਇਸ ਕਹਾਣੀ ਲਿਖੀ ਹੈ ਸ਼੍ਰੀ ਨੇ ਤੁਸੀਂ ਤਾਂ ਬਹੁਤ ਘਟ ਗਏ ਹੋ ਹੁਣ ਤੁਸੀਂ ਤਾਂ ਬਹੁਤ ਸੋਚ ਲੈਣੇ ਹੋ ਵੀ ਬੋਲਣਾ ਹੈ ਜਾਂ ਨਹੀਂ ਬੋਲਣਾ ਹੈ ਹੈਨਾ ਲੇਕਿਨ ਐਕਚੁਅਲ ਤੁਹਾਡੀ ਪਰਸਨੈਲਿਟੀ ਵੀ ਉਹੀ ਹੈ ਵੀ ਜੋ ਹੈ ਸ਼੍ਰੀ ਦੀ ਤੁਸੀਂ ਗੱਲ ਕਰੀ ਤਾਂ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈਨਾ ਸੋ ਆਲਵੇਜ਼ ਉਹ ਵੀ ਜਦੋਂ ਕਲਾਕਾਰ ਨਹੀਂ ਸੀ ਬਣੇ ਕਿਉਂਕਿ ਉਹਨਾਂ ਨੇ ਫਿਲਮ ਦੀ ਕਹਾਣੀ ਲਿਖੀ ਹੈ ਉਹ ਵੀ ਆਪਣੀ ਗੱਲ ਨੂੰ ਪੰਜਾਬ ਦੇ ਮੁੱਦਿਆਂ ਨੂੰ ਟੱਚ ਕਰਦੇ ਨੇ ਜੋ ਸੱਚ ਹੈ ਉਹਨੂੰ ਕਲਮ ਦੇ ਜ਼ਰੀਏ ਲਿਖਣ ਦੀ ਗੱਲ ਕਰਦੇ ਨੇ ਦੇਖ ਤੁਹਾਨੂੰ ਨਹੀਂ ਲੱਗਦਾ ਨੁਕਸਾਨ ਜ਼ਿਆਦਾ ਹੁੰਦਾ ਇੱਕ ਟਾਈਮ ਤੇ ਆ ਕੇ ਤੇ ਫਾਇਦਾ ਘੱਟ ਹੁੰਦਾ ਹੈ ਐਕਚੁਅਲੀ ਕੀ ਹੈ ਕਿ ਮੈਂ ਦੱਸ ਦਾਂ ਕਿ ਕਹਾਣੀ ਸ਼ੇਰੀ ਦਾ ਵਨ ਲਾਈਨ ਹੈ ਸਟੋਰੀ ਹੈ ਕਹਾਣੀ ਦਾ ਸਕ੍ਰੀਮ ਪਲੇ ਦੇ ਡਾਇਲੌਗਸ ਲਿਖਣ ਵਾਲਾ ਬੰਦਾ ਕੀ ਸੈਜੀ ਹਾਂਜੀ ਹਰ ਬੰਦੇ ਨੂੰ ਤਾਂ ਕ੍ਰੈਡਿਟ ਦੇਣਾ ਚਾਹੀਦਾ ਕਦੇ ਕਿਦਾ ਕ੍ਰੈਡਿਟ ਨਹੀਂ ਖਤਮ ਕਰਨਾ ਚਾਹੀਦਾ ਕਿਉਂਕਿ ਮਿਹਨਤ ਬੰਦੇ ਨੇ ਟਾਈਮ ਦਿੱਤਾ ਹੁੰਦਾ ਜੀ ਇੱਕ ਮੁੰਡਾ ਕਰਨ ਸੀਗਾ ਨਾਲ ਤਾਂ ਇਹਨਾਂ ਨੇ ਵੀ ਹੈਲਪ ਕੀਤੀ ਡਾਇਲੌਗਸ ਦੇ ਵਿੱਚ ਅਸੀਂ ਵੀ ਸੋ ਹੁਣ ਤੁਹਾਡੇ ਮੁੱਦੇ ਤੇ ਆਉਨੇ ਆ। ਹੁਣ ਤੁਸੀਂ ਕੀ ਕਿਹਾ ਸੀਗਾ? ਮੈਂ ਇਹ ਕਿਹਾ ਸੀਗਾ ਵੀ ਜਦੋਂ ਅਸੀਂ ਬੇਬਾਕ ਅੰਦਾਜ਼ ਵਰਤਦੇ ਆਂ, ਜਦੋਂ ਅਸੀਂ ਸਮਾਜ ਦੀਆਂ ਗੱਲਾਂ ਹੀ ਕਰਦੇ ਆਂ ਤੇ ਤੁਹਾਨੂੰ ਨਹੀਂ ਲੱਗਦਾ ਕਿ ਉਸ ਚੀਜ਼ ਦੀ ਨੁਕਸਾਨ ਪਰਭਾਈ ਬਹੁਤ ਹੈ? ਬਹੁਤ ਜ਼ਿਆਦਾ। ਤੁਹਾਨੂੰ ਐ ਨਹੀਂ ਪਤਾ ਤੁਹਾਨੂੰ ਕਿਹੜੇ ਬੰਦੇ ਤੋਂ ਕੀ ਸੁਣਨਾ ਪੈ ਜੇ। ਜੀ। ਪਹਿਲੀ ਗੱਲ ਤਾਂ ਆ ਫੇਸਬੁੱਕ ਫੇਸਬੁੱਕ ਦੇ ਉੱਤੇ ਮੈਨੂੰ ਲੱਗਦਾ ਇੰਟੈਲੈਕਚੁਅਲ ਬੰਦੇ ਬਹੁਤ ਘੱਟ ਹੈਗੇ ਨੇ। ਜੋ ਹੈਗੇ ਨੇ ਤਾਂ ਉਹਨਾਂ ਦਾ ਰਿਐਕਟ ਕਰਨ ਦਾ ਜਿਹੜਾ ਅੰਦਾਜ਼ ਆ ਉਹ ਬਹੁਤ ਸਹੀ ਤਰੀਕੇ ਨਾਲ ਹੁੰਦਾ। ਉਹ ਰੋਂਗ ਵੇਚ ਕਦੇ ਕਿਸੇ ਨੂੰ ਗੱਲ ਨਹੀਂ ਕਹਿੰਦੇ। ਜੀ। ਅ ਫਰਸਟ੍ਰੇਸ਼ਨ ਨਾਲ ਭਰੇ ਹੋਏ ਬੰਦੇ ਜਿਹੜੇ ਨੇ ਉਹ ਜ਼ਿਆਦਾ ਨੇ ਫਿਰ ਰੁਕਦੇ ਨਹੀਂ ਵੀਲੜ ਜ਼ਿਆਦਾ ਨੇ ਔਰ ਉਹਨਾਂ ਨੇ ਆਈਡੀਆਂ ਬਣਾਈਆਂ ਹੋਈਆਂ ਨੇ ਤੁਹਾਨੂੰ ਡਿਸਟਰਬ ਕਰਨ ਲਈ ਡਿਸਟਰੈਕਟ ਕਰਨ ਲਈ ਔਰ ਤੁਸੀਂ ਕੋਈ ਮੁੱਦੇ ਦੀ ਗੱਲ ਕੀਤੀ ਸਿਆਣੀ ਗੱਲ ਵੀ ਕੀਤੀ ਤਾਂ ਉਹਦੇ ਉੱਤੇ ਵੀ ਤੁਹਾਨੂੰ ਗਾਲ੍ਹਾਂ ਕੱਢਣਗੇ ਉਹ ਲੋਕ ਤਾਂ ਫਿਰ ਇਹੋ ਜਿਹੇ ਲੋਕਾ ਕਰਕੇ ਕਮੈਂਟ ਕਮੁੰਡ ਪੜਨੇ ਹੁਣ ਛੱਡਦੇ ਬਹੁਤ ਘੱਟ ਜਦੋਂ ਲੱਗਦਾ ਕਿ ਕੰਮ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੈ ਤਾਂ ਉਦਾਂ ਦਾ ਕੰਮ ਕਰਦੇ ਔਰ ਹਰ ਬੰਦਾ ਇੱਕ ਜੱਜ ਬਣ ਕੇ ਬੈਠਾ ਉਹਨੂੰ ਲੱਗਦਾ ਕਿ ਜੋ ਮੈਂ ਲਿਖਤਾ ਇਹ ਸਹੀ ਹੈ ਮੇਰਾ ਫੈਸਲਾ ਬਿਲਕੁਲ ਸਹੀ ਹੈ ਜੋ ਮੈਂ ਕਹਿ ਰਿਹਾ ਇਹ ਸਹੀ ਹੈ ਜੋ ਤੁਸੀਂ ਕਰ ਰਹੇ ਹੋ ਗਲਤ ਹੈ ਹਰ ਇੱਕ ਬੰਦਾ ਇਹ ਸੋਚ ਕੇ ਬੈਠਾ ਹੈ ਹੁਣ ਆਪਾਂ ਕੀ ਕਹੀਏ ਆਪਣੇ ਸਮਾਜ ਬਾਰੇ ਜੇ ਆਪਾਂ ਸਮਾਜ ਸਮਾਜ ਦੀ ਗੱਲ ਕਰੀਏ ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਝੁੱਟਾ ਪਾਤਾ ਉਹਨਾਂ ਦਾ ਕੀ ਝੁੱਟਾ ਪਾਤਾ ਪੌਣ ਪਾਣੀ ਅਸੀਂ ਆਪਣਾ ਪਾਣੀ ਖਤਮ ਕਰ ਲਿਆ ਹਵਾ ਗੰਦਲੀ ਕਰ ਲਈ ਹਨਾ ਇਹਦੇ ਵਿੱਚ ਅਸੀਂ ਜਿਹੜੇ ਸਾਡੇ ਮਿੱਤਰ ਜੀਵ ਜੰਤੂ ਕੀੜੇ ਸੀ ਉਹ ਮਾਰ ਲੇ ਅਸੀਂ ਜਦੋਂ ਅਸੀਂ ਆਪਣੇ ਕਿਹੋ ਜਿਹੇ ਗੁਰੂਆਂ ਦੇ ਉਲਟ ਚਲੇ ਗਏ ਤਾਂ ਫਿਰ ਸਾਡੇ ਵਰਗੇ ਮੇਰੇ ਬਾਈ ਵਰਗੇ ਬੰਦੇ ਕੀ ਚੀਜ਼ ਨੇ ਅਸੀਂ ਕੁਝ ਨਹੀਂ ਹੈਗੇ ਅਸੀਂ ਤਾਂ ਚਰਨਾ ਦੀ ਧੂੜ ਆ ਪਰ ਜਦੋਂ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਤੇ ਸਹੀ ਨਹੀਂ ਉਤਰੇ ਤਾਂ ਫਿਰ ਅਸੀਂ ਉਹਨਾਂ ਤੋਂ ਹੁਣ ਕੀ ਉਮੀਦ ਕਰ ਸਕਦੇ ਆ ਸਾਡੇ 'ਚ ਫਿਰ ਵੀ ਕਿਤੇ ਨਾ ਕਿਤੇ ਅਸੀਂ ਪੜਦੇ ਆ ਗੱਲਾਂ ਵਿਚਾਰਦੇ ਆ ਅਸੀਂ ਫਿਰ ਵੀ ਸਾਨੂੰ ਐ ਲੱਗਦਾ ਕਿ ਸਾਡੀ ਰਿਸਪੈਕਟ ਆ ਸੋਚ ਸਮਝ ਕੇ ਬੋਲੀਏ ਜਦੋਂ ਨਾ ਬਹੁਤ ਸਾਰੇ ਲੋਕ ਨੇ ਕਿ ਜਿਹੜੇ ਬਿਲਕੁਲ ਸੋਚਦੇ ਸਮਝਦੇ ਨਹੀਂ ਆ ਕਿ ਪ੍ਰਵਾਹ ਨਹੀਂ ਕਰਦੇ ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਕਿ ਸਾਡੀ ਇੰਡਸਟਰੀ ਦੀਆਂ ਕੁੜੀਆਂ ਆਪਣੀ ਫੋਟੋ ਪਾਉਂਦੀਆਂ ਨੇ ਉਹਨਾਂ ਦੇ ਉੱਤੇ ਕਿੱਦਾਂ-ਕਿੱਦਾਂ ਦੇ ਵਲਗਾਰੀ ਸੀ ਕਮੈਂਟ ਕਰਦੇ ਨੇ ਜੀ ਮਤਲਬ ਤੁਸੀਂ ਫਰੀडम ਨਾਲ ਕੁਝ ਨਹੀਂ ਕਰ ਸਕਦੇ ਹੂੰ ਸੋ ਮੈਨੂੰ ਲੱਗਦਾ ਸਾਨੂੰ ਸਾਡੇ ਤੇ ਕਿਸੇ ਹੋਰ ਚੀਜ਼ ਦੀ ਗੁਲਾਮੀ ਨਹੀਂ ਹੈ ਸਾਡੀ ਲੋਕਾਂ ਦੀ ਮਾਨਸਿਕਤਾ ਦੀ ਗੁਲਾਮੀ ਹੈ ਸਾਡੇ ਤੇ ਜੀ ਮੈਂ ਉਸ ਗੱਲ ਦੀ ਬਹੁਤ ਵੱਡੀ ਐਗਜ਼ੈਂਪਲ ਸਾਡੇ ਸਾਹਮਣੇ ਉਸ ਇਨਸਾਨ ਨਾਲ ਜੁੜੀ ਹੋਈ ਹੈ ਜੋ ਸਾਡੇ ਵਿਚਾਰ ਵੀ ਨਹੀਂ ਤੁਸੀਂ ਐਗਰੀ ਕਰੋਗੇ ਦੇਵ ਇਸ ਦੇ ਨਾਲ ਤੁਸੀਂ ਇਹ ਦੇਖੋ ਵੀ ਕੱਲ ਤੱਕ ਸਿੱਧੂ ਦੀ ਫੇਵਰ ਚ ਕੋਈ ਵੀ ਨਹੀਂ ਸੀਗਾ ਅੱਜ ਉਹ YouTube ਦਾ ਨੰਬਰ 1 ਪੰਜਾਬੀ ਤੇ ਇੰਡੀਅਨ ਆਰਟਿਸਟ ਬਣ ਚੁੱਕਿਆ ਜਿਹਦੇ 20 ਮਿਲੀਅਨ ਸਬਸਕ੍ਰਾਈਬਰਸ ਨੇ ਮਤਲਬ ਸਾਡੇ ਨੇਸ਼ਨ ਨੂੰ ਰਿਪਰੈਜ਼ੈਂਟ ਕਰਨ ਵਾਲੇ ਪਬਲਿਕ ਫਿਗਰਸ ਜਿਹੜੇ ਨੇ ਪੋਲੀਟੀਸ਼ੀਅਨਸ ਜਾਂ ਕੋਈ ਵੀ ਲਗਾ ਲੋ ਉਹਨਾਂ ਦੇ ਵੀ ਇੰਨੇ ਸਬਸਕ੍ਰਾਈਬਰਸ ਨਹੀਂ ਹੈ ਮੈਨੂੰ ਐ ਲੱਗਦਾ ਜਿੰਨੇ ਲੋਕ ਹੁਣ ਸਿੱਧੂ ਮੂਸੇਵਾਲੇ ਦੀ ਮਜ਼ਾਰ ਤੇ گئے ਨੇ ਕਿੰਨੇ ਲੱਖਾਂ ਕਰੋੜਾਂ ਲੋਗ گئے ਨੇ ਫਿਰ ਉਹ ਲੋਕ ਕੌਣ ਸੀ ਜਿਹੜੇ ਉਹਦੇ ਜਿਉਂਦੇ ਜਿਉਂ ਨੂੰ ਗਾਲਾਂ ਕੱਢਦੇ ਗਾਲਾਂ ਕੱਢਦੇ ਬਿਲਕੁਲ ਉਹ ਲੋਕ ਕਿੱਧਰ ਗਏ ਇਹਦਾ ਮਤਲਬ ਮਰਨ ਤੋਂ ਬਾਅਦ ਬੰਦੇ ਦੀ ਵੈਲਿਊ ਪਾਉਨੇ ਹੋ ਤੁਸੀਂ ਬਿਲਕੁਲ ਜਿਉਂਦੇ ਜੀ ਤੁਹਾਨੂੰ ਐ ਲੱਗਦਾ ਉਹਦੀ ਤਰੱਕੀ ਤੋਂ ਸਾੜਾ ਉਹਦੀਆਂ ਗੱਲਾਂ ਤੋਂ ਸਾੜਾ ਬਿਲਕੁਲ ਸੋ ਮਰਨ ਤੋਂ ਬਾਅਦ ਫਿਰ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆ ਜਾਂਦੇ ਆ ਇਹ ਚੀਜ਼ ਸਮਝ ਨਹੀਂ ਆਉਂਦੀ ਜੀ ਇਹ ਦਸੂਰ ਹੈ ਹੁਣ ਕੀ ਕਰ ਸਕਦੇ ਆ ਇਹ ਗੱਲ ਕਿਤੇ ਨਾ ਕਿਤੇ ਆਰਟਿਸਟ ਤੌਰ ਤੇ ਤੁਹਾਨੂੰ ਹਰਟ ਕਰਦੀ ਹੈ ਬਿਲਕੁਲ ਕਰਦੀ ਹੈ ਹਰਟ ਕਰਦੀ ਹੈ ਜੀ ਕਿੱਥੇ ਉਹਨੂੰ ਸੰਭਿਆ ਹੁੰਦਾ ਅਸੀਂ ਉਹਨੂੰ ਸਾਹਮ ਕੇ ਰੱਖਦੇ ਉਹਨੂੰ ਚੱਕ ਕੇ ਰੱਖਦੇ ਕਦੇ ਆਏ ਹੁੰਦਾ ਹੀ ਨਹੀਂ ਸੀ ਉਦੋਂ ਜਦੋਂ ਗਾਣੇ ਆਉਂਦੇ ਸੀ ਬਾਈ ਦੇ ਹਾਂ ਉਦੋਂ ਬੜਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤਾਂ ਉਹਨੇ ਕਈ ਗੱਲਾਂ ਆਪਣੇ ਗਾਣਿਆਂ 'ਚ ਲਿਖੀਆਂ ਵੀ ਕਿ ਉਹ ਬੰਦੇ ਪੰਜਾਬੀ ਮਾਂ ਬੋਲੀ ਦੇ ਰਾਖੇ ਬਣ ਗਏ ਜਿਨ੍ਹਾਂ ਦੀ ਖੁੱਦੀ ਔਲਾਦ ਦਾ ਨਾਮ ਸਟੀਵ ਹੈ ਜਾਂ ਜੌਨ ਹੈ ਹਨਾ ਤਾਂ ਜਦੋਂ ਮੇਰੀਆਂ ਵੀ ਐਕਸ਼ਨ ਫਿਲਮਾਂ ਆਈਆਂ ਸੀ ਮੈਨੂੰ ਵੀ ਇਹ ਕਹਿੰਦੇ ਮਾਰਤੜ ਵਾਲੀਆਂ ਫਿਲਮਾਂ ਯੂਥ ਨੂੰ ਵਿਗਾੜਦਾ ਹੈ ਇਦਾਂ ਫਿਲਮਾਂ ਚ ਨਸ਼ੇ ਹੁੰਦੇ ਨੇ ਇਹ ਨਹੀਂ ਦੇਖਿਆ ਕਿ ਮੈਂ ਨਸ਼ੇ ਦੇ ਜ਼ਰੀਏ ਕਿ ਡਿਗਡੇ ਮੈਸੇਜ ਦਿੰਦੇ ਆ ਉਹਨਾਂ ਲੋਕਾਂ ਦੀਆਂ ਫਿਲਮਾਂ ਦਿਖਾ ਕੇ ਹਨਾ ਤਾਂ ਇੱਥੇ ਆਲਵੇਸ ਤੁਹਾਡੀ ਕਦਰ ਮੈਨੂੰ ਲੱਗਦਾ ਬਾਅਦ ਚ ਫਿਰ ਦਿਖਾਵੇ ਲਈ ਲੋਕ ਆ ਜਾਂਦੇ ਆ ਹਾਂ ਘੈਂਟ ਸੀ ਇਹ ਹੈਗਾ ਹੀ ਹੈ ਕਿ ਮਰਨ ਤੋਂ ਬਾਅਦ ਹੀ ਅਸੀਂ ਕਹਿੰਦੇ ਹਾਂ ਯਾਰ ਬੰਦਾ ਵਧੀਆ ਸੀ ਜਿਉਂਦੇ ਨੇ ਸੀਗਾ ਉਦੋਂ ਨਹੀਂ ਸਾਹਮਣੇ ਫਰਕ ਹੈ ਇਹ ਉਹੀ ਮਾਨਸਿਕਤਾ ਦੀ ਹੀ ਗੱਲ ਆ ਗਈ ਅੱਛਾ ਦੇਵ ਤੁਹਾਡੀਆਂ ਫਿਲਮਾਂ ਦੇ ਵਿੱਚ ਅਨਡਾਊਟਡਲੀ ਬਹੁਤ ਅੱچھے ਮੈਸੇਜਸ ਹੁੰਦੇ ਨੇ ਸਾਰੇ ਇਹ ਤਾਂ ਦੇਖਦੇ ਆ ਯੂਥ ਦੀ ਫਿਲਮਾਂ ਕਰ ਰਹੇ ਨੇ ਲੇਕਿਨ ਯੂਥ ਨੂੰ ਕੀਆ ਕੀ ਜਾ ਰਿਹਾ ਇਥੋਂ ਤੱਕ ਕੋਈ ਪਹੁੰਚਣ ਦੀ ਕੋਸ਼ਿਸ਼ ਨਹੀਂ ਹੁਣ ਟ੍ਰੇਲਰ ਤੋਂ ਹੀ ਇੱਕ ਮਿਥ ਬਣਾ ਲਈ ਗਈ ਹੈ ਕਿ ਲੈ ਦੁਬਾਰਾ ਉਹੀ ਬੰਦੂਕਾਂ ਦੁਬਾਰਾ ਉਹੀ ਮਾਰਕੁੱਟ ਲੇਕਿਨ ਦੇਵ ਤੁਸੀਂ ਫਿਰ ਵੀ ਉਸ ਲੀਕ ਤੋਂ ਹਟ ਨਹੀਂ ਰਹੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਸਾਡਾ ਸਿਨੇਮਾ ਮਾਰਕੁੱਟ ਐਕਸ਼ਨ ਦਾ ਸੋ ਜਿਹੜੇ ਲੋਕ ਮੈਂ ਤੁਹਾਨੂੰ ਉਹੀ ਗੱਲ ਕਰਦਾ ਕਿ ਇੱਕ ਉਮਰ ਦੇ ਪੜਾਅ 'ਚ ਆ ਗਏ ਉਹ ਬੈਠ ਗਏ ਕਿ ਮਾਰਕੁੱਟ ਵਾਲੀਆਂ ਫਿਲਮਾਂ ਯੂਥ ਨੂੰ ਇਹ ਚੰਗਾ ਲੱਗਦਾ ਉਹ ਸਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਸੀ ਇੱਕ ਟਾਈਮ ਦੇ ਉੱਤੇ ਹਣਾ ਮੈਂ ਵੀ ਤੁਹਾਨੂੰ ਕਿਹਾ ਕਿ ਮੈਨੂੰ ਐਕਸ਼ਨ ਵਾਲੀਆਂ ਫਿਲਮਾਂ ਬਹੁਤ ਪਸੰਦ ਸੀਗੀਆਂ ਸ਼ਾਇਦ ਮੈਂ ਤਾਂ ਹੀ ਐਕਸ਼ਨ ਕਰਦਾ ਤਾਂ ਫਿਰ ਜਿਹੜੇ ਸਾਡੇ ਲੋਕ ਸੀ ਧਰਮਿੰਦਰ ਦੀਆਂ ਜਿੰਨੀਆਂ ਫਿਲਮਾਂ ਸੀ ਐਕਸ਼ਨ ਅਮਿਤਾਬਚਨ ਦੀ ਐਂਗਰੀ ਯੰਗਮੈਨ ਕਿਹਾ ਜਾਂਦਾ ਸੀਗਾ ਔਰ ਇਹੀ ਲੋਕੋ ਤੋਂ ਸਿਨੇਮਾ 'ਚ ਜਾਂਦੇ ਹੁੰਦੇ ਸੀ ਪੁਰਾਣੇ ਟਾਈਮਾਂ ਜਿਹੜੇ ਸੰਕ੍ਰਾਂਤੀ ਵਰਗੀ ਫਿਲਮ ਚੱਕ ਲੋ ਉਹ ਜਿਉਂ ਸ਼ੁਰੂ ਤੋਂ ਲੜਾਈ ਸ਼ੁਰੂ ਹੁੰਦੀ ਆ ਪ੍ਰੇਮ ਚੋਪੜੇ ਵਰਗੇ ਤੇ ਹੋਰ ਉਸ ਮੈਂ ਇਹੀ ਗੱਲ ਪੁੱਛਣਾ ਚਾਹਣਾ ਕਿ ਜਿਹੜਾ ਸਾਡਾ ਪੰਜਾਬੀਆਂ ਦਾ ਜਿਹੜਾ ਫੇਰ ਵੀ ਖੂਨ ਗਰਮ ਹੁੰਦਾ ਕਿਤੇ ਨਾ ਕਿਤੇ ਅਸੀਂ ਦਿੱਲੀ ਤੱਕ ਕਿਵੇਂ ਪਹੁੰਚਿਆ ਅਸੀਂ ਐਵੇਂ ਤਾਂ ਨਹੀਂ ਪਹੁੰਚੇ ਜਦੋਂ ਪ੍ਰੋਟੈਸਟ ਤੇ ਗਏ ਸੀਗੇ ਸਾਡੇ ਰਾਹ 'ਚ ਐਡੀ ਡੇਰ ਕਾਬੜੇ ਚੱਕ ਕੇ ਸੀ ਗੁੱਸੇ ਨਾਲ ਹੀ ਗਿਆ ਨਾ ਐਗਰੈਸ਼ਨ ਨਾਲ ਹੀ ਗਿਆ ਨਾ ਪੰਜਾਬੀ ਪਿਆਰ ਨਾਲ ਤਾਂ ਨਹੀਂ ਬੈਰੀਅਰ ਜਦੋਂ ਚੱਕ ਬੈਰੀਅਰ ਚੱਕਿਆ ਪੁਲਿਸ ਵਾਲਿਆਂ ਨੇ ਪ੍ਰਵਾਹ ਨਹੀਂ ਕੀਤੀ ਖੜੇ ਅੜ ਕੇ ਸੋ ਸਾਡੀ ਆਜ਼ਾਦੀ ਲੜਨ ਦਾ ਜਿਹੜਾ ਤਰੀਕਾ ਸੀ ਉਹ ਵੀ ਅਲੱਗ ਸੀਗਾ ਸੋ ਸਾਡੀਆਂ ਫਿਲਮਾਂ ਦੇ ਵਿੱਚ ਅਸੀਂ ਸਾਊਦੀ ਦਾ ਸਿਨੇਮਾ ਤਾਂ ਦੇਖਦੇ ਆ ਐਕਸ਼ਨ ਦੀ ਉਹਦੀ ਬੱਲੇ ਬੱਲੇ ਕਰਦੇ ਆ ਕਿਉਂ ਸਾਊਦੀ ਦੀ ਐਕਸ਼ਨ ਦੀ ਫਿਲਮ ਆਈ ਐ ਐਕਸ਼ਨ ਦੇਖਣ ਵਾਲਾ ਬਾਹੂਬਲੀ ਦਾ ਐਕਸ਼ਨ ਦੇਖੋ ਕਮਾਲ ਹੈ ਜਦੋਂ ਸਾਡੀ ਫਿਲਮ ਆਉਂਦੀ ਹੈ ਉਦੋਂ ਫਿਰ ਉਹਦੇ ਉੱਤੇ ਕਿਤੇ ਨਾ ਕਿਤੇ ਕਿੰਤੂ ਪਰੰਤੂ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਅਸੀਂ ਤੁਸੀਂ ਉਹੀ ਗੱਲ ਕਰ ਰਹੇ ਸੀ ਸਾਊਥ ਦੀ ਕਿ ਉੱਥੇ ਰਿਸਪੈਕਟ ਹੈ ਉੱਥੇ ਇੱਕ ਟਾਈਮ ਤੇ ਤਾਂ ਆਰਟਿਸਟ ਨੂੰ ਰੱਬ ਵੀ ਮੰਨਣਾ ਪਾਉਂਦੇ ਕਿ ਵਾਹ ਹੈ ਨਾ ਲੇਕਿਨ ਤੁਸੀਂ ਜਦੋਂ ਕਿਰਦਾਰ ਨਿਭਾਉਨੇ ਹੋ ਤੇ ਕੀ ਉਹ ਕਿਰਦਾਰ ਅਸਲ ਜ਼ਿੰਦਗੀ ਦੇ ਵਿੱਚ ਵੀ ਹੁੰਦੇ ਮੈਂ ਬੜੀ ਵਾਰੀ ਦੇਖਿਆ ਉਹ ਉਹ ਆਰਟਿਸਟ ਨੂੰ ਉਦਾਂ ਹੀ ਸਮਝਣ ਲੱਗ ਜਾਂਦੇ ਆ ਬਾਈ ਤੂੰ ਬੰਦਾ ਬੰਦੀ ਆ ਪਰ ਤੂੰ ਨਾ ਫਿਲਮਾਂ ਨਸ਼ੇ ਤੇ ਕਰਦਾ ਉਹਨਾਂ ਨੂੰ ਐਵੇਂ ਲੱਗਦਾ ਕਿ ਤੁਸੀਂ ਖੁਦ ਵੀ ਇਹੀ ਇੱਕ ਚੀਜ਼ਾਂ ਦੇ ਐਡਿਕਟਡ ਹੋ ਤਾਂ ਹੀ ਤੁਸੀਂ ਫਿਲਮਾਂ ਇਦਾਂ-ਦਿਆਂ ਕਰਦੇ ਕਿ ਤੁਸੀਂ ਇਦਾਂ ਦੀ ਆਡੀਅੰਸ ਤੇ ਇਦਾਂ ਦੇ ਸਮਾਜਿਕ ਤੌਰ ਤੇ ਵੀ ਚੀਜ਼ਾਂ ਨੂੰ ਫੇਸ ਕੀਤਾ ਹੈ ਬਹੁਤ ਲੋਕ ਕਹਿੰਦੇ ਆ ਮੈਂ ਪੜ੍ਹੇ ਹੀ ਜਿਆਦਾਤਰ ਪਰ ਜਿਹੜੇ ਮਿਲਦੇ ਐਪਰੀਸ਼ੀਏਟ ਕਰਦੇ ਆ ਜਿਆਦਾਤਰ ਵੀ ਤਰੀ ਉਹ ਫਿਲਮ ਦੇਖੀ ਸੀ ਬਹੁਤ ਸੋਹਣਾ ਮੈਸੇਜ ਦੇ ਕੇ ਗਈ ਹੈ ਕਈ ਲੋਕ ਲਿਖਦੇ ਆ ਇਹਨੇ ਤਾਂ ਯੂਥ ਨੂੰ ਬੀੜੀਆਂ ਪੀਣ ਲਾਤਾ ਜਦੋਂ ਕਿ ਬੀੜੀਆਂ ਪੀਣ ਤੋਂ ਹਟਾਇਆ ਹੈ ਹਟਾਇਆ ਵੈਰੀ ਰਾਈਟ ਬਹੁਤ ਸਾਰੇ ਲੋਕ ਇਦਾਂ ਦੇ ਮਿਲੇ ਜਿਨ੍ਹਾਂ ਨੇ ਕਹਿੰਦੇ ਨੇ ਮੇਰੇ ਕੋਲ ਅੱਜ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਕਮੈਂਟ ਹੁਣ ਵੀ ਪਿਆ ਹੋਊਗਾ ਉਹ ਕਹਿੰਦਾ ਬਾਈ ਤੇਰੀ ਡਾਕੂਆਂ ਦਾ ਮੁੰਡਾ ਦੇਖ ਕੇ ਮੈਂ ਨਸ਼ਾ ਕੁਇਟ ਕਰ ਗਿਆ ਹਾਂਜੀ ਮੇਰੇ 'ਚ ਹੌਸਲਾ ਹਿੰਮਤ ਆਈ ਤਾਂ ਮੈਂ ਛੱਡ ਗਿਆ ਤੁਸੀਂ 2-4 ਬੰਦੇ ਵੀ ਮੇਨਸਟ੍ਰੀਮ 'ਚ ਲਿਆਏ ਤਾਂ ਕਿ 2-4 ਘਰ ਵੀ ਉਜੜਨ ਤੋਂ ਬਚ ਕੇ ਵੱਡੀ ਗੱਲ ਹੋ ਜਾਂਦੀ ਹੈ ਇੱਕ ਜ਼ਿੰਦਗੀ ਬਚਾਉਣੀ ਹੀ ਔਖੀ ਹੋ ਜਾਂਦੀ ਹੈ ਇਸ ਦੁਨੀਆ ਦੇ ਉੱਤੇ ਹਨ ਸੋ ਚੀਜ਼ਾਂ ਨੇ ਅਸੀਂ ਆਪਣੇ ਵੱਲੋਂ ਹੁਣ ਤਾਂ ਮੈਨੂੰ ਲੱਗਦਾ ਮੈਂ ਹੋਰ ਜ਼ੋਰਦਾਰ ਐਕਸ਼ਨ ਲੈ ਕੇ ਆਉਂਗਾ ਜਿਹਨੇ ਬੋਲਣਾ ਬੋਲੀ ਜਾਓ ਪਹਿਲਾਂ ਸਰਪੰندہ ਸੀਗਾ ਪਹਿਲਾਂ ਸੀਰੀਅਸ ਯਾਰ ਇਹ ਕਿਉਂ ਕਰਦੇ ਨੇ ਹੁਣ ਜਦ ਇਹਨਾਂ ਦਾ ਕੰਮ ਹੀ ਬੋਲਣਾ ਤਾਂ ਫਿਰ ਸਾਡਾ ਕੰਮ ਹੁਣ ਅਸੀਂ ਕੰਮ ਕਰਨਾ ਹੁਣ ਕੰਮ ਤੋਂ ਤਾਂ ਅਸੀਂ ਵੀ ਨਹੀਂ ਹਟ ਸਕਦੇ ਜੀ ਉਹ ਕਰਨਾ ਹੀ ਕਰਨਾ ਸੀ ਕਮਲ ਭਾਈ ਤੁਹਾਡਾ ਵੀ ਇਦਾਂ ਹੀ ਆ ਤੁਸੀਂ ਤਾਂ ਹੁਣ ਬਹੁਤ ਕੁਝ ਬੜੀ ਤੁਸੀਂ ਬੜੇ ਸ਼ਾਂਤ ਹੋ ਗਏ ਹੋ ਹੁਣੇ ਸ਼ਾਂਤੀ ਉਦਾਂ ਹੀ ਆਇਆ ਜਿੱਦੋਂ ਉਹਨਾਂ ਨੇ ਕਿਹਾ ਵੀ ਉਮਰ ਤੋਂ ਬਾਅਦ ਇੱਕ ਫਰਕ ਆਂਦਾ ਰਹਿੰਦਾ ਹੈ ਜਾਂ ਸਮਝ ਗਏ ਹੋ ਬਈ ਚੁੱਪੀ ਚੁੱਪਾਈ ਕਿ ਮੈਂ ਸ਼ਾਂਤ ਤੈਨੂੰ ਕੀ ਲੱਗਦਾ ਪਹਿਲਾਂ ਮੈਂ ਕਿਰਪਾਨ ਲੈ ਕੇ ਇੰਟਰਵਿਊ ਦ ਕਰਪਾਨ ਨਾਲ ਤੁਹਾਨੂੰ ਤੁਹਾਡੀ ਜ਼ੁਬਾਨ ਨਹੀਂ ਕਿਰਪਾ ਕਰ ਕਰਪਾਨ ਵਰਗੀ ਸੀ ਅੱਛਾ ਮੇਰੀ ਐਸੀ ਸੇ ਸੀ ਵੀ ਪਤਾ ਨਹੀਂ ਕਿਵੇਂ ਬੋਲਦਾ ਤੁਸੀਂ ਸੱਚੀ ਦੱਸੋ ਤੁਸੀਂ ਆਪਦੇ ਦਿਲ ਦੀ ਗੱਲ ਬੇਬਾਕੀ ਨਾਲ ਨਹੀਂ ਰੱਖਦੇ ਸੀ ਉਹ ਤਾਂ ਰੱਖ ਦਿੰਦਾ ਹੁਣ ਵੀ ਰੱਖ ਦਿੰਦਾ ਰੇਅਰਲੀ ਨਹੀਂ ਨਹੀਂ ਹੁਣ ਨਹੀਂ ਨਲਮੀ ਤੋਂ ਲੈ 90 ਤੋਂ ਲੈ ਸ਼ਬਦਾ ਦੇ ਨਾਲ ਨਹੀਂ 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 ਉਹੀ ਲੱਗਦਾ ਨਾ ਨਾ ਜਾਂ ਅੱਜ ਸ਼ਾਂਤ ਤੋਂ ਰੋਡਾ ਸੁਭਾਅ ਆ ਨਾ ਬਦਲ ਨਹੀਂ ਸਕਦਾ ਉਹ ਨਹੀਂ ਚੇਂਜ ਨਹੀਂ ਹੋ ਸਕਦੇ ਮੇਰਾ ਸੁਭਾਅ ਬੇਬਾਕੀ ਦਾ ਹਾਂ ਅੱਜ ਅਸਲ ਚਾਪ ਇਹ ਗੱਲ ਕਰ ਸਕਦੇ ਆ ਕਿ ਬਦਲ ਨਹੀਂ ਹੋਇਆ ਮੇਰੇ ਤੋਂ ਜ਼ਿਆਦਾ ਬੇਬਾਕ ਬੰਦਾ ਬੈਠਾ ਹੋਗਾ ਇਸ ਕਰਕੇ ਮੇਰੇ ਵਾਲੀ ਬੇਬਾਕੀ ਤੈਨੂੰ ਘੱਟ ਲੱਗਦੀ ਇਹ ਹੋ ਸਕਦਾ ਵੀ ਬਾਈ ਸੀਨੀਅਰ ਆ ਹੈਨਾ ਤੇ ਉਹ ਚੱਲ ਰਿਹਾ ਸ਼ਾਇਦ ਇਸ ਕਰਕੇ ਵੀ ਮੈਂ ਥੋੜਾ ਉਵੇਂ ਹੋਵੇ ਵੀ ਜਦੋਂ ਬਾਈ ਗੱਲ ਕਰਦੇ ਪਏ ਯਾਰ ਮੈਂ ਵੀ ਉਹ ਉਦੋਂ ਵੀ ਅਸਲ ਚ ਮੇਰੇ ਤੋਂ ਜ਼ਿਆਦਾ ਬੇਬਾਕ ਹੈ ਤਾਂ ਤੇ ਨੂੰ ਲੱਗ ਰਿਹਾ ਨਹੀਂ ਦਾ ਜਚਾ ਕੇ ਹੈ ਕੰਮ ਕੋਈ ਐਡਾ ਮਤਾਂ ਨਹੀਂ ਠੀਕ ਹੈ ਤੁਹਾਡੀ ਜਿਵੇਂ ਦੀ ਲਾਈਫ ਹੈਗੀ ਉਵੇਂ ਹੀ ਰਹਿਣਾ ਚਾਹੀਦਾ ਹੈ ਬਦਲਣਾ ਨਹੀਂ ਚਾਹੀਦਾ ਹੈਗਾ ਮੈਨੂੰ ਲੱਗਦਾ ਬੇਬਾਕੀ ਮੇਰੇ ਅੰਦਰ ਹੈ ਮੈਂ ਜੇ ਬਦਲਣ ਦੀ ਕੋਸ਼ਿਸ਼ ਕਰੂੰਗਾ ਤਾਂ ਫੜਿਆ ਜਾਵਾਂ ਫੜਿਆ ਜਾਵਾਂ ਹਾਂਜੀ ਫੜਿਆ ਜਾਂਦਾ ਬੰਦਾ ਸੋ ਚੀਜ਼ ਨਹੀਂ ਹੁੰਦੀ ਸੋ ਬੇਬਾਕੀ ਹੈਗੀ ਹੈਗੀ ਜਿਨ੍ਹਾਂ ਚੀਜ਼ਾਂ ਬਾਰੇ ਖੁੱਲ ਕੇ ਬੋਲ ਸਕਦੇ ਹਾਂ ਬੋਲੋ ਬਿਲਕੁਲ ਸਹੀ ਗੱਲ ਹੈ ਤੁਹਾਡੀ ਫਿਲਮ ਦਾ ਇੱਕ ਗਾਣਾ ਜਿਹੜਾ ਹੈ ਉਹ ਇੰਨਾ ਜ਼ਿਆਦਾ ਆਮਨ ਉਹ ਇਹਨਾਂ ਦੇ ਅਸ਼ਬਦਾਵਰੀ ਚ ਕੈਟ ਹੁੰਦਾ ਕਿ ਉਹ 올 ਟਾਈਮ ਹਿੱਟ ਹੋ ਜਾਂਦਾ ਬਲੈਕੀ ਦਾ ਜਿਹੜਾ ਸੀਗਾ ਉਹ ਹਿੰਮਤ ਨੇ ਗਾਇਆ ਸੀਗਾ ਇਹਦਾ ਰੁਤਬਾ ਜਾਰਡਨ ਨੇ ਗਾਇਆ ਮੰਕੀਰਤ ਦਾ ਗਾਣਾ ਇਹਦੇ ਵਿੱਚ ਡਾਲਰ ਸੀਗਾ ਸਿੱਧੂ ਦਾ ਹੈਨਾ ਸੋ ਇੱਕ ਨਾ ਇੱਕ ਗਾਣਾ ਤੁਹਾਡਾ ਹੋ ਹੀ ਜਾਂਦਾ ਹੈ ਇਹੋ ਜਿਹਾ ਸੋ 뮤직 ਨੂੰ ਲੈ ਕੇ ਤੁਸੀਂ ਖੁਦ ਵੀ ਕਨਸਰਨ ਰਹਿੰਦੇ ਨਹੀਂ ਮੇਰਾ 뮤직 ਦੇ ਉੱਤੇ ਇੰਨਾ ਹੱਥ ਨਹੀਂ ਹੁੰਦਾ ਪਰ ਮੈਂ ਗਾਣਾ ਸੁਣ ਲੈਣਾ ਹੁਣ ਉਹ ਕਿਹੜੇ ਸਿੰਗਰ ਤੋਂ ਗਾਉਣਾ ਹਿੰਮਤ ਨਾਲ ਮੇਰਾ ਜ਼ਰੂਰ ਹੈਗਾ ਕਿ ਹਿੰਮਤ ਤੇ ਮੇਰੀ ਇੱਕ ਜੁਗਲਬੰਦੀ ਕਹਿ ਲੋ ਜਾਂ ਉਹਦੀ ਆਵਾਜ਼ ਹੁੰਦੀ ਹੈ ਤੇ ਮੈਂ ਐਕਟ ਕਰ ਰਿਹਾ ਹੁੰਦਾ ਉਹ ਆਡੀਅנס ਨੂੰ ਉਹ ਕੰਬੀਨੇਸ਼ਨ ਬਹੁਤ ਵਧੀਆ ਲੱਗਦਾ ਤਾਂ ਮੈਨੂੰ ਜਿਹੜਾ ਚੱਕਵਾ ਗਾਣਾ ਲੱਗਦਾ ਮੈਂ ਕਹਿ ਦਿੰਦਾ ਨਾ ਕਿ ਹਿੰਮਤ ਤੋਂ ਗਵਾ ਲੋ ਯਾਰ ਹਿੰਮਤ ਨੂੰ ਸੂਟ ਕਰਦਾ ਹੈ ਤਾਂ ਬਾਕੀ ਮੇਰਾ ਬਾਕੀ ਫਿਲਮਾਂ ਨਾਲ ਨਹੀਂ ਹੁੰਦਾ ਹੈਗਾ ਕਿ ਮੈਂ ਯਾਰ ਕਹਾਂ ਆ ਕੀ ਤੋਂ ਗਵਾਣਾ ਕੀਨੇ ਗਾਣਾ ਉਹ ਹੈ ਜੇ ਮੇਰਾ ਕੋਈ ਲੈਣ ਦੇਣ ਨਹੀਂ ਹੁੰਦਾ ਹੈਗਾ ਅੱਛਾ ਤੇ ਐਕਸ਼ਨ ਤਾਂ ਤੁਸੀਂ ਇੱਕ ਅੱਛਾ ਦਿੱਤਾ ਹੈ ਸਾਡੇ ਸਿਨੇਮਾ ਨੂੰ ਔਰ ਹਮੇਸ਼ਾ ਲਈ ਇਹ ਟੈਗ ਜਿਹੜਾ ਹੈ ਉਹ ਲੱਗ ਚੁੱਕਿਆ ਤੁਹਾਡੇ ਤੇ ਕਿ ਤੁਸੀਂ ਇੱਕ ਨਿਊ ਐਕਸ਼ਨ ਜਿਹੜਾ ਹੈ ਸਾਡੇ ਸਿਨੇਮਾ ਦੇ ਨਾਲ ਐਡ ਕਨਸੈਪਟ ਬਹੁਤ ਨੇ ਤੁਸੀਂ ਡਾਕੂਆਂ ਦੇ ਮੁੰਡੇ ਦੀ ਗੱਲ ਕਰੀ ਹੈ ਜਾਂ ਹੋਰ ਵੀ ਤੁਹਾਡੀਆਂ ਜੜੀਆਂ ਫਿਲਮਾਂ ਨੇ ਤੁਸੀਂ ਪੰਜਾਬ ਦੇ ਉਹਨਾਂ ਪਹਿਲੂਆਂ ਨੂੰ ਟੱਚ ਕੀਤਾ ਹੈ ਜੋ ਕਿਤੇ ਨਾ ਕਿਤੇ ਅਨਟੱਚਡ ਪਏ ਸੀ ਪਰ ਲੋਕੀ ਸਮਝੇ ਵੀ ਨਹੀਂ ਔਰ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਵੀ ਕੀਤਾ ਪਰ ਕੁਝ ਨਹੀਂ ਸਮਝਣ ਵਾਲੇ ਨਹੀਂ ਸਮਝਣਗੇ ਲੇਕਿਨ ਕਿਹੜੇ ਐਦਾ ਦੇ ਮੁੱਦੇ ਨੇ ਜਿਹੜੇ ਹਜੇ ਜ਼ਹਿਨ 'ਚ ਨਹੀਂ ਦੇਵ ਜਿਨ੍ਹਾਂ ਤੇ ਕੰਮ ਕਰਨਾ ਜ਼ਰੂਰੀ ਵੀ ਹੈ ਤਾਂ ਤੁਹਾਡੇ ਵੱਲੋਂ ਕੀਤਾ ਵੀ ਜਾਏਗਾ ਜਿਵੇਂ ਹੁਣ ਅਸੀਂ ਬਲੈਕਆਊਟ ਕਰ ਰਹੇ ਹਾਂ ਇਹਦੇ ਲਈ ਅਸੀਂ ਰੀਅਲ ਬਲੈਕਆਊਟਸ ਨੂੰ ਮਿਲੇ ਜਾ ਕੇ ਜਿੰਨੇ ਵੀ ਅਮਰਸਰ ਇਲਾਕੇ ਦੇ ਸੀਗੇ ਵਿਜ਼ਿਟ ਕੀਤਾ ਸਾਡਾ ਰਾਈਟਰ ਗਿਆ ਡਾਇਰੈਕਟਰ ਗਏ ਉਹ ਖੁਦ ਪ੍ਰੋਡਿਊਸਰ ਸਾਹਿਬ ਉਰੀ ਸਾਹਿਬ ਉਹ ਮਿਲ ਕੇ ਆਏ ਤਾਂ ਬੜੇ ਐਕਸਾਈਟਿਡ ਸੀਗੇ ਅਸੀਂ ਬਿਲਕੁਲ ਟਰੂ ਇਵੈਂਟਸ ਤੋਂ ਇਨਸਪਾਇਰਡ ਚੀਜ਼ਾਂ ਤੁਹਾਨੂੰ ਬਲੈਕਏਅਰ 2 'ਚ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਪਤਾ ਨਹੀਂ ਹੋਊਗਾ ਕਿ ਉਹਨਾਂ ਨੇ ਇਹ ਗੱਲ ਦੱਸੀ ਕਿ ਅਸੀਂ ਪਾਕਿਸਤਾਨ ਦੀ ਕਾਰ ਉਧਰੋਂ ਲੈ ਕੇ ਆਉਂਦੇ ਸੀ ਪਾਕਿਸਤਾਨ ਨੰਬਰ ਲੱਗਿਆ ਹੁੰਦਾ ਸੀ ਤੇ ਅਸੀਂ ਪੰਜਾਬ 'ਚ ਚਲਾਉਂਦੇ ਹੁੰਦੇ ਸੀ ਪਾਕਿਸਤਾਨ ਦੀ ਕਾਰ ਪਾਕਿਸਤਾਨ ਦਾ ਹੀ ਨੰਬਰ ਤੇ ਉਹਨਾਂ ਟਾਈਮਾਂ ਦੇ ਵਿੱਚ ਅਸੀਂ ਬਾਰਡਰ ਕਰਾਸ ਕਰਾ ਕੇ ਸਾਡੇ ਉਸੇ ਕਾਰ ਦੇ ਉੱਤੇ ਅਸੀਂ ਗਿੜੀਆਂ ਮਾਰਦੇ ਹੁੰਦੇ ਸੀ ਉਹ ਅਸੀਂ ਹੁਬਹੂ ਯੂਜ਼ ਕੀਤੀਆਂ ਉਹ ਚੀਜ਼ਾਂ ਕਿ ਹੁਣ ਜਿਵੇਂ ਤੁਸੀਂ ਮੁੱਦੇ ਦੀ ਗੱਲ ਕੀਤੀ ਹੈ ਹੋਰ ਦੋ ਤਿੰਨ ਮੁੱਦੇ ਨੇ ਜਿਹੜਾ ਮੈਂ ਕਹਿਣਾ ਚਾਹਣਾ ਕਿਸੇ ਗੱਲ ਦੇ ਜ਼ਰੀਏ ਇੱਕ ਮੇਰੀ ਆ ਮੈਂ ਗੱਲ ਕੀਤੀ ਹੈ ਕਿਸੇ ਨਾਲ ਕਿ ਜਿਹੜੇ ਪੰਜਾਬ ਦੇ ਕਰੰਟ ਮੁੱਦੇ ਨੇ ਉਹਨਾਂ ਨੂੰ ਕਿਵੇਂ ਅਸੀਂ ਸਟਾਇਰ ਕਰ ਸਕਦੇ ਆ ਜੋ ਸਮਾਜ ਦੇ ਵਿੱਚ ਵਾਪਰ ਰਿਹਾ ਵਿਚਰ ਰਿਹਾ ਪਰ ਉਹ ਬੋਝਲ ਨਹੀਂ ਹੋਣਾ ਚਾਹੀਦਾ ਉਹ ਐਂਟਰਟੇਨਮੈਂਟ ਦੇ ਜ਼ਰੀਏ ਐਂਟਰਟੇਨਮੈਂਟ ਇੰਟਰਟੇਨਿੰਗ ਹੋਣਾ ਚਾਹੀਦਾ ਲਾਈਕ ਆ ਅ ਅਮੀਰ ਖਾਨ ਦਾ ਸਿਨੇਮਾ ਜਿਵੇਂ ਹੈਗਾ ਜਿਉਂ ਨੇ ਸਟਾਇਰ ਕਰਨਾ ਵੀ ਹੈ ਚਾਹੇ ਉਹ 3 ਡੀਅਟਸ ਦੇ ਜ਼ਰੀਏ ਤਾਂ ਉਹਦੇ ਵਿੱਚ ਉਹ ਲੋਕਾਂ ਨੂੰ ਹਸਾਉਂਦੇ ਹਸਾਉਂਦੇ ਕੋਈ ਨਾ ਕੋਈ ਮੈਸੇਜ ਕਨਵੇ ਕਰ ਜਾਂਦਾ ਲੋਕਾਂ ਦਾ ਐਂਟਰਟੇਨਮੈਂਟ ਵੀ ਹੁੰਦਾ ਤੇ ਉਹਨਾਂ ਨੂੰ ਮੈਸੇਜ ਵੀ ਮਿਲਦਾ ਐਦਾਂ ਦੀ ਇੱਕ ਕੋਸ਼ਿਸ਼ ਹੈ ਜਿਹਦੇ ਉਤੇ ਮੈਂ ਲੱਗਿਆ ਹੋਇਆ ਔਰ ਇੱਕ ਚੰਗਾ ਸਨਮਾ ਔਰ ਜਿਹਦੇ ਵਿੱਚ ਹਰ ਮੁੱਦੇ ਦੀ ਗੱਲ ਕੀਤੀ ਜਾਵੇ ਸੋ ਤੁਹਾਡੀ ਫਿਲਮ ਤੇ ਹੀ ਐਂਡ ਕਰਨਾ ਚਾਹਾਂਗੇ ਗੱਲਾਂ ਤਾਂ ਕਦੀ ਵੀ ਨਹੀਂ ਮੁੱਕਦੀਆਂ ਡਿਸਕਸ਼ਨਸ ਤਾਂ ਕਦੀਆਂ ਵੀ ਨਹੀਂ ਮੁੱਕਦੀਆਂ ਮੈਨੂੰ ਲੱਗਦਾ ਸਾਡਾ ਪੰਜਾਬ ਹੀ ਇੰਨਾ ਜ਼ਿਆਦਾ ਭਰਿਆ ਹੋਇਆ ਮੁੱਦਿਆਂ ਦੇ ਨਾਲ ਕਿ ਉਹ ਹਮੇਸ਼ਾ ਹੀ ਕੈਰੀ ਫਾਰਵਰਡ ਹੀ ਹੋਣਗੀਆਂ ਸੋ ਯਾਰਾਂ ਦਾ ਰੁਤਬਾ ਯਾਰਾਂ ਦਾ ਰੁਤਬਾ ਤੇ ਤੁਹਾਡੇ ਲਈ ਕੀ ਹੈ ਯਾਰ ਤੁਹਾਡੇ ਲਈ ਕੀ ਨੇ ਔਰ ਕੀ ਯਾਰੀ ਦਾ ਮਾਇਨਾ ਹੌਲੀ-ਹੌਲੀ ਬਦਲਿਆ ਸਮਝਦੇ ਮੁਤਾਬਿਕ ਸਮੇਂ ਨਾਲ ਯਾਰੀਆਂ ਬਦਲ ਤਾਂ ਗਈਆਂ ਕਿਉਂਕਿ ਇੱਕ ਲੋਕਾਂ 'ਚ ਪਤਾ ਨਹੀਂ ਕਿਉਂ ਜੈਲਸ ਫੈਕਟਰ ਬਹੁਤ ਆ ਗਿਆ ਹਨਾ ਹੁਣ ਤੇ ਬਹੁਤ ਘੱਟ ਯਾਰ ਹੁੰਦੇ ਜਿਹੜੇ ਤੁਹਾਡੀ ਸਪੋਰਟ 'ਚ ਖੜਦੇ ਆ ਬਿਨਾ ਕਿਸੇ ਸਵਾਰਤ ਦੇ ਪਹਿਲਾਂ ਜਿਹੜੀਆਂ ਯਾਰੀਆਂ ਸੀ ਉਹ ਪਗਾਈਆਂ ਜਾਂਦੀਆਂ ਸੀ ਪੱਗ ਵਟਾਉਣ ਦੀਆਂ ਯਾਰੀਆਂ ਹੁੰਦੀਆਂ ਸੀ ਜਾਂ ਪੱਗਾਂ ਵਟਾਈਆਂ ਸੁਣਦੇ ਆਏ ਆ ਹਨ ਸੋ ਜਿਹੜੇ ਘਰ ਗਿਓ ਜੇ ਉਸ ਘਰ ਦੀਆਂ ਨੂਹਾਂ ਤੀਹਾਂ ਪਹਿਣਾ ਉਹਨਾਂ ਨੂੰ ਉਹੀ ਇੱਜ਼ਤ ਦਿੱਤੀ ਜਾਂਦੀ ਹੁੰਦੀ ਸੀ ਇਹ ਵੀ ਹੈ ਕਿ ਪਿੰਡ ਦੀ ਕੁੜੀ ਨੂੰ ਭੈਣ ਸਮਝਿਆ ਜਾਂਦਾ ਹੁੰਦਾ ਸੀ ਹੁਣ ਮਾਹੌਲ ਬਹੁਤ ਚੇਂਜ ਹੋ ਗਿਆ ਬਹੁਤ ਬਦਲ ਗਿਆ ਹੁਣ ਮੈਂ ਕੀ ਬੋਲਾਂ ਇਹਨਾਂ ਮੁੱਦਿਆਂ ਦੇ ਖੁੱਲਕੇ ਤਾਂ ਲੋਕ ਫੇਰ ਕੋਈ ਨਾ ਕੋਈ ਕੁਝ ਬੋਲੂਗਾ ਆਪਾਂ ਉਹਨਾਂ ਗੱਲ ਤੇ ਜਾਣਾ ਨਹੀਂ ਹੈ ਬੜਾ ਪੂਰਾ ਸਮਾਜ ਹੀ ਚੇਂਜ ਹੋ ਚੁੱਕਾ ਹੁਣ ਮੈਂ ਕੱਲ ਇੱਕ ਵੀਡੀਓ ਨੇ ਹਲਾ ਕੇ ਰੱਖਤਾ ਪ੍ਰਿੰਸ ਬਾਈ ਬੜੀ ਵਾਇਰਲ ਹੋ ਰਹੀ ਹੈ ਇੱਕ ਭੂਆ ਨੇ ਆਪਣੇ 2 ਸਾਲ ਦੇ ਭਤੀਜੇ ਦਾ ਤੁਸੀਂ ਵੀ ਦੇਖਿਓ ਕਿ ਗਲਾ ਘੁੱਟ ਕੇ ਮਾਰਤਾ ਉਹ ਸੋਸ਼ਲ ਮੀਡੀਆ ਦੇ ਉੱਤੇ ਉਹ ਕਿਸੇ ਜਨਮ ਨੇ ਲੱਗਾ ਕੋਈ ਹਸਪੀਟਲ ਦਾ ਬੈੱਡ ਸੀਗਾ ਪਤਾ ਨਹੀਂ ਸਾਡੇ ਪੰਜਾਬ ਦੀ ਹੋਇਆ ਗੱਲ ਤੇ ਸੀਸੀਟੀਵੀ ਸੀਗਾ ਉਹਦੇ ਵਿੱਚੋਂ ਕੈਪਚਰ ਹੋ ਗਿਆ ਉਹ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਹਨਾ ਤਾਂ ਹੁਣ ਜੇ ਤੁਹਾਡਾ ਐਡਾ ਨੇੜੇ ਦਾ ਰਿਸ਼ਤਾ ਬਦਲ ਗਿਆ ਤੁਹਾਡਾ ਬਲੱਡ ਇਨਾ ਚਿੱਟਾ ਹੋ ਗਿਆ ਹਰ ਰੋਜ਼ ਹੀ ਸੁਣਦੇ ਆਪਾਂ ਐਵਰੀ ਡੇ ਕੁਝ ਨਾ ਕੁਝ ਇਹੋ ਜਿਹਾ ਜਿਹਦੇ ਸਾਨੂੰ ਯਕੀਨ ਨਹੀਂ ਹੁੰਦਾ ਕਿ ਆ ਕੀ ਹੋ ਗਿਆ ਤੁਸੀਂ ਗੱਡੀਆਂ ਜਿਹੜੇ ਗੱਡੀ ਦਾ ਨੰਬਰ ਦੀ ਗੱਲ ਕੀਤੀ ਹੈ ਉਹ ਕਹਿ ਲਓ ਜਾਂ ਇਹ ਮਰਨ ਮਰਾਨ ਵਾਲੀਆਂ ਗੱਲਾਂ ਹੋ ਗਈਆਂ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਪਿਓਰ ਸੋਲਸ ਨੇ ਜਿਹੜੀਆਂ ਮਤਲਬ ਕਿ ਛੋਟੇ ਛੋਟੇ ਬੱਚੇ ਹੋਗੇ ਜਾਂ ਵੱਡੀਆਂ ਵਾਰਦਾਤਾਂ ਵਾਲੇ ਵੀ ਜੇ ਦੇਖ ਲਈਏ ਕੁਝ ਨਜ਼ਰ ਹੀ ਨਹੀਂ ਆਉਂਦਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਮਾਸੂਮ ਹੀ ਸ਼ਿਕਾਰ ਬਣ ਰਹੇ ਨੇ ਤੁਹਕੇ ਸਮਝ ਨਹੀਂ ਹੁੰਦੀ ਜਿਵੇਂ ਮਰਜੀ ਉਹਨਾਂ ਨੂੰ ਯੂਜ਼ ਕਰ ਲਓ ਤੁਸੀਂ ਜੀ ਜੋ ਕੁਝ ਮਰਜੀ ਉਹਨਾਂ ਨਾਲ ਤੁਸੀਂ ਕਰ ਲਓ ਸੱਚੇ ਸੋਚੇ ਸੱਚੇ ਸੋਚਿਆ ਤਾਂ ਉਹ ਚੀਜ਼ ਹੈਗੀ ਹੈ ਕਿ ਉਹਨਾਂ ਨੂੰ ਟਾਰਗੇਟ ਕਰਨਾ ਈਜ਼ੀ ਹੁੰਦਾ ਬਟ ਪਬਲਿਕ ਫਿਗਰ ਹੋਣਾ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਅੱਜ ਕੱਲ ਗੁਨਾਹ ਹੋ ਗਿਆ ਹੈ ਜਾਂ ਕਿਤੇ ਨਾ ਕਿਤੇ ਟਾਰਚਰਡ ਜਿਹੜਾ ਹੈ ਜ਼ਿਆਦਾ ਹੋ ਗਿਆ ਇੱਕ ਪਬਲਿਕ ਫਿਗਰ ਹੋਣਾ ਪੋਸਟ ਪਾਉਣੇ ਦਾ ਓਬਵੀਅਸਲੀ ਤੁਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਆਪਣਾ ਪੋਸਟਰ ਵੀ ਸ਼ੇਅਰ ਕਰੀਏ ਫਰਜ਼ ਕਰੋ ਪ੍ਰੋਡਿਊਸਰ ਨੇ ਕਹਦਾ ਮੈਂ ਫਿਲਮ ਰਿਲੀਜ਼ ਕਰਨੀ ਹੈ ਪੋਸਟਰ ਸ਼ੇਅਰ ਕਰ ਦੇ ਤੁਸੀਂ ਸਾਲਿਓ ਪੋਸਟਰੀ ਸ਼ੇਅਰ ਕਰੋ ਫਲਾਣੇ ਮੁੱਦੇ ਤੇ ਤੁਸੀਂ ਬੋਲਣ ਹੀ ਹੈਗੇ ਹੋਣੇ ਤੋਂ ਗੱਲ ਤੁਹਾਡੇ ਚੋ ਹਿੰਮਤ ਨਹੀਂ ਆ ਸਾਲਿਓ ਨਚਾਰੋ ਕੰਜਰੋ ਇਹੋ ਜਿਹਾ ਕਮੈਂਟ ਇਹੋ ਜਿਹੀ ਗੱਲਾਂ ਸੁਣਨ ਨੂੰ ਮਿਲਦੀ ਜਦੋਂ ਕਿ ਅਸੀਂ ਚੰਗੇ ਘਰਾਂ ਤੋਂ ਆਏ ਹੋਏ ਹਾਂ ਹਰ ਬੰਦਾ ਆਪਣੇ ਘਰ ਤੋਂ ਚੰਗਾ ਹੈ ਹਨਾ ਸਾਡੀਆਂ ਵੀ ਰਿਸਪੈਕਟ ਹੈ ਸਾਡੀ ਸਾਡੀਆਂ ਫੈਮਲੀਆਂ ਬਾਰੇ ਤੁਸੀਂ ਬੋਲਦੇ ਹੋ ਔਰ ਸਾਡੀ ਮਾਂ ਬਾਰੇ ਭੈਣ ਬਾਰੇ ਤੁਸੀਂ ਕਿਸੇ ਵੀ ਸਿੰਗਰ ਦੇ ਜਾਂ ਕਿਸੇ ਵੀ ਐਕਟਰ ਦੇ ਬੋਲ ਦਿੰਦੇ ਹੋ ਪਹਿਲਾਂ ਸੋਚਣਾ ਚਾਹੀਦਾ ਕਿ ਯਾਰ ਪੰਜਾਬ ਚ ਹਰ ਇੱਕ ਦੀ ਮਾਂ ਪੈਣ ਇੱਕੋ ਜੀ ਹੈ ਹਰ ਇੱਕ ਦਾ ਰਿਸ਼ਤਾ ਇੱਕੋ ਜਿਹਾ ਹੈ ਉਹਨੂੰ ਵੀ ਹਰਟ ਹੁੰਦਾ ਹੈ ਕਿਦਾ ਫਿਰ ਹਿੰਮਤ ਨਹੀਂ ਕਰਦਾ ਕਦੇ ਕਲਾਕਾਰ ਕੁਝ ਬੋਲਣ ਬਾਰੇ ਕੁਝ ਗੱਲ ਕਰਨ ਬਾਰੇ ਕੀ ਇਹ ਵਜ੍ਹਾ ਹੈ ਦੇਵ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਇੱਕ ਡਿਸਟੈਂਸ ਬਣਾ ਲਿਆ ਮੈਂ ਬਹੁਤ ਘਟ ਜਾਂਦਾ ਮੈਂ ਤਾਂ ਹੀ ਘਟ ਜਾਣਾ ਮੈਂ ਸਿਰਫ ਆਪਣਾ ਕੰਮ ਪ੍ਰਮੋਟ ਕਰਦਾ ਹੁਣ ਜਦੋਂ ਅਸੀਂ ਫਿਲਮ ਸਾਡਾ ਕੰਮ ਹੈ ਸਾਡੀ ਰੋਜੀ ਰੋਟੀ ਹੈ ਮੈਂ ਪੁੱਛਦਾ ਕੋਈ ਵੀ ਮੁੱਦਾ ਹੋ ਗਿਆ فرض ਕਰੋ ਕੋਈ ਵੀ ਮੁੱਦਾ ਹੋ ਗਿਆ ਮੈਂ ਸਭ ਨੂੰ ਪੁੱਛਦਾ ਕਿ ਤੁਸੀਂ ਆਪਣੀ ਜੌਬ ਕਰਨੀ ਛੱਡ ਦਿੰਦੇ ਹੋ ਆਪਣੇ ਕੰਮ ਕਰ ਛੱਡ ਦਿੰਦੇ ਹੋ ਢਿੱਡ ਦਾ ਭਰਨਾ ਨਾ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਛੱਡਤਾ ਸਾਰਾ ਕੁਝ ਅਸੀਂ ਤਾਂ ਰੋਟੀ ਪਾਣੀ ਖਾਣਾ ਆਪਣੇ ਬੱਚਿਆਂ ਦੀ ਫੀਸ ਭਰਨੀ ਉਹਨਾਂ ਨੂੰ ਰੋਟੀ ਖਾਣੀ ਸਭ ਕੁਝ ਛੱਡਦਾ ਸੀ ਅਸੀਂ ਤਾਂ ਕੰਮ ਤੇ ਜਾਂਦੇ ਨਹੀਂ ਫਿਰ ਤਾਂ ਤੁਸੀਂ ਕਹੋ ਹੁਣ ਸਾਡੇ ਵਰਗਾ ਆਪਣੀ ਫਿਲਮ ਨੂੰ ਪ੍ਰਮੋਟ ਕਰਦਾ ਆਪਣਾ ਪੋਸਟਰ ਪਾਉਂਦਾ ਉਹਨੂੰ ਕਹਿੰਦੇ ਤੁਸੀਂ ਕਿਉਂ ਪਾਇਆ ਹਾਂ ਵੀ ਸਰਵਾਈਵ ਕਰ ਰਣਾ ਨਾ ਜ਼ਿੰਦਗੀ 'ਚ ਅਸੀਂ ਵੀ ਆਪ ਉੱਥੇ ਜੌਬ ਤੇ ਬੈਠੇ ਹੀ ਫੋਨ ਤੇ ਕਰੇ ਫੋਨ ਤੇ ਗੱਲ ਕਰਕੇ ਗਾਲਾਂ ਕੱਢਣ ਲੱਗ ਜਾਣਗੇ ਬਿਲਕੁਲ ਐਂਡ ਆਈ ਥਿੰਕ ਇਹ ਦਿਸ ਇਜ਼ ਨਾਟ ਡਨ ਯੂ ਸ਼ੁੱਡ ਰਿਸਪੈਕਟ ਜੇ ਨਹੀਂ ਕਰ ਸਕਦੇ ਤਾਂ ਸਟੇ ਅਵੇ so uh, well uh, coming back to the movie so yaranda uh, rutba all the very best to both of you bahut bahut dhanyawad thank you thank you very much matlab main saryian di gal nahi kardi but main ik isse samaj da hissa hon khater inni request zarur kar sakde haan ki jeho je vishay tusi touch karde ho and himmat karde ho aur challenges nu accept karke tusi banawne ho please us tarah tusi agge carry forward ਕਰਦੇ ਰੋ ਚੀਜ਼ਾਂ ਨੂੰ so that ਅੱਛਾ ਸਿਨੇਮਾ ਸੇ ਵੇਖਦੇ। ਅਸੀਂ ਟਰਾਈ ਕਰਾਂਗੇ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਫਿਲਮਾਂ ਬਣਾਈਏ। ਬਿਲਕੁਲ। ਪਰ ਅਸੀਂ ਆਡੀਅੰਸ ਨੂੰ ਵੀ ਰਿਕਵੈਸਟ ਕਰਾਂਗੇ ਜੇ ਅਸੀਂ ਉਹਦਾਂ ਦਾ ਸਿਨੇਮਾ ਕਹਿੰਦੇ ਸਾਨੂੰ ਸਪੋਰਟ ਕਰੋ ਤਾਂ ਕਿ ਸਾਡੀ ਹਿੰਮਤ ਬਣੇ। ਹੁਣ ਜੇ ਕੋਈ ਬੰਦਾ ਸਾਡੇ ਦੇ ਉਸ ਚੀਜ਼ ਨੂੰ ਲੈ ਕੇ ਪੈਸੇ ਲਾਉਂਦਾ ਇਨਵੈਸਟ ਕਰਦਾ ਜਿ ਉਹਦੇ ਪੈਸੇ ਵਾਪਸ ਹੋਣਗੇ ਤਾਂ ਚਾਰ ਬੰਦੇ ਹੋਰ ਉਹੋ ਜਿਹੇ ਮੁੱਦਿਆਂ ਤੇ ਫਿਲਮਾਂ ਕਰਨਗੇ। ਔਰ ਸਿਨੇਮਾ ਹੀ ਕਿਹੋ ਜੀ ਚੀਜ਼ ਹੈ ਜਿਹਨੂੰ ਇੱਕੋ ਟਾਈਮ ਦੇ ਉੱਤੇ ਜਿਹੜਾ ਲੱਖਾਂ ਲੋਕਾਂ ਨੂੰ ਇੱਕੋ ਟਾਈਮ ਤੇ ਮੈਸੇਜ ਕਨਵੇ ਕਰਦਾ ਹੈ। ਜੀ ਤੋਂ ਮੈਸੇਜ ਲੈਂਦੇ ਆ ਬਕਾਇਦਾ ਯੂਥ ਫੋਲੋ ਕਰਦਾ ਸੁਧਰਦੇ ਆ ਲੋਕ ਇਹ ਨਹੀਂ ਕਿ ਸਿਨੇਮੇ ਦਾ ਅਸਰ ਨਹੀਂ ਪੈਂਦਾ ਉਹ ਹਰ ਤਰ੍ਹਾਂ ਦਾ ਪ੍ਰਭਾਵ ਪੈਂਦਾ ਤੇ ਉਸੇ ਕਰਕੇ ਕਹਣਾ ਕਿ ਜੇ ਤੁਸੀਂ ਸਪੋਰਟ ਕਰੋਗੇ ਅਸੀਂ ਚੰਗਾ ਸਿਨੇਮਾ ਜਿਹੜਾ ਸਮਾਜ ਨੂੰ ਸੇਧ ਦਊਗਾ ਜ਼ਰੂਰ ਕਰਾਂਗੇ ਜੀ ਬਿਲਕੁਲ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ ਜੀ ਤੇ ਬਹੁਤ ਦੁਆਵਾਂ ਥੈਂਕ ਯੂ ਥੈਂਕ ਯੂ ਤੇ ਤੁਹਾਡਾ ਸਾਰਿਆਂ ਦਾ ਵੀ ਬੜਾ ਸ਼ੁਕਰੀਆ ਗੱਲਾਂ ਬਾਤਾਂ ਸੁਣਦੇ ਹੋ ਅੱਛੀ ਗੱਲਾਂ ਨੂੰ ਸੁਨਿਆ ਕਰੋ ਇੰਪਲੀਮੈਂਟ ਕਰਿਆ ਕਰੋ ਐਂਡ ਵੈਰੀ ਇੰਪੋਰਟੈਂਟ ਜੋ ਇੱਜ਼ਤ ਤੁਸੀਂ ਚੋਨੇ ਹੋ ਉਹ ਇੱਜ਼ਤ ਤੁਹਾਨੂੰ ਦੇਣੀ ਪੈਣੀ ਹੈ ਕਿਉਂਕਿ ਰਤਬਾ ਤੇ ਇੱਜ਼ਤ ਕਮਾਇਆ ਹੀ ਜਾਂਦਾ ਹੈ ਬਣਾਇਆ ਹੀ ਜਾਂਦਾ ਹੈ ਸੋ ਅੱਛੇ ਸਿਨੇਮਾ ਨੂੰ ਅੱਛੀ ਕਲਾ ਨੂੰ ਅੱਛੇ ਕਨਸੈਪਟ ਨੂੰ ਹਮੇਸ਼ਾ ਪਿਆਰ ਤੇ ਸਪੋਰ ਆਏਗਾ ਫਿਲਹਾਲ ਦੇ ਲਈ ਦਿਓ ਇਜਾਜ਼ਤ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ ਸਟੇ ਪੋਜ਼ਿਟਿਵ ਸਸ਼੍ਰੀਕਾਲ